ਕਦੀ ਕਿਸੇ ਨੇ ਸੁਪਨਾ ਵੀ ਲਿਆ ਸੀ ਸੱਜਨ ਕੁਮਾਰ ਅੰਦਰ ਜਾਏਗਾ ਤੁਸੀਂ ਇਹ ਕਹਿੜਾ ਸੀ ਪਤਾ ਨਹੀਂ ਇਹਨਾਂ ਨੇ 50000 ਏਕੜ ਲੈ ਲਈ ਜੀ ਇਹਨਾਂ ਨੇ ਪਤਾ ਨਹੀਂ ਕਿੱਡੇ ਕਰੋੜਾਂ ਰੁਪਏ ਖਾ ਲਏ ਜੀ ਇਹਨਾਂ ਨੇ ਸੱਜਨ ਕੁਮਾਰ ਤੋਂ ਕਾਂਗਰਸ ਸਰਕਾਰ ਤੋਂ ਨਰਪ੍ਰੀਤ ਮੜਵਾਤੀ ਨਰਪ੍ਰੀਤ ਜਿੰਦੀ ਚਾਹੀਦੀ ਸੀ ਕਿ ਮਰੀ ਚਾਹੀਦੀ ਸੀਗੀ ਜੇ ਜਗਦੀਸ਼ ਕਾਲ ਮਰੀ ਚਾਹੀਦੀ ਸੀ ਕਿ ਜਿੰਦੀ ਚਾਹੀਦੀ ਸੀ ਅੱਜ ਉਹ ਜਿੰਦੇ ਸੀ ਤੇ ਸੱਜਨ ਅੰਦਰ ਗਿਆ ਨਾ ਸਾਨੂੰ ਕੋਈ ਇਤਰਾਜ਼ ਨਹੀਂ ਤੁਸੀਂ ਖਾਲਸ ਸਰ ਮੰਗਦੇ ਹੋ ਮੰਗੋ ਲੜੋ ਤੁਸੀਂ ਉਸ ਵਾਸਤੇ ਪਰ ਉਹ ਲੜਾਈ ਵਾਸਤੇ ਗਰਾਊਂਡ ਜ਼ੀਰੋ ਤੇ ਆ ਜਾਓ ਨਾ ਇੱਥੇ ਬਹਿ ਕੇ ਗੱਲ ਕਰਨ ਦੀ ਬੜੀ ਸੌਖੀ ਆ ਨੰਬਰ 1 ਦੂਜੀ ਗੱਲ ਜੇ ਖਾਲਸ탄 ਬਣ ਗਿਆ ਕੀ ਤੁਸੀਂ ਆਣਾ ਉਸੇਗਾ ਤੇ ਤੁਸੀਂ ਆਪ ਇਹ ਮੁਲਕ ਛੱਡ ਕੇ ਆਓਗੇ ਖਾਲਸ탄 ਦੇ ਵਿੱਚ ਤੇ ਜੇ ਤੁਸੀਂ ਆਣਾ ਨੇ ਜਿਹੜੇ ਹਿੰਦੁਸਤਾਨ 'ਚ ਬੈਠੇ ਹੋ ਮੰਗਦੇ ਨਹੀਂ ਪਏ ਤੁਸੀਂ ਇਦਾਂ ਦੀ ਰਾਜਨੀਤੀ ਨਾ ਕਰੋ ਕਿ ਕਿਸੇ ਬਾਅਦ ਦੇ ਐਕਸ਼ਨ ਨਾਲ ਉੱਥੇ ਤੁਹਾਡੀ ਕੌਮ ਦਾ ਬਹੁਤ ਵੱਡਾ ਨੁਕਸਾਨ ਹੋ ਜਾਵੇ ਹੁਣੇ ਸਾਡੇ ਨਾਲ ਦਿੱਲੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਸਾਬਕਾ ਪ੍ਰਧਾਨ ਸਦਾ ਮਨਜੀਤ ਸਿੰਘ ਜੀ ਕੇ ਤੇ ਇਹਨਾਂ ਨਾਲ ਕਰਦੇ ਆ ਗੱਲਬਾਤ ਜਿਕਸਰ ਸਭ ਤੋਂ ਪਹਿਲਾਂ ਤਾਂ ਇੰਗਲੈਂਡ ਦੇ ਵਿੱਚ ਤੁਹਾਨੂੰ ਅਜੀਤ ਪਬ ਟੀਵੀ ਵੱਲੋਂ ਅਸੀਂ ਨਿਕਾਸਵਾਦ ਕਰਦੇ ਆ ਜੀ ਐਨੂ ਵਾਹਿਗੁਰੂ ਜੀ ਕੀ ਫਤਿਹ ਜਿਕਸਰ ਥੋੜਾ ਸੰਖੇਪ ਜਿਹਾ ਦੱਸੋ ਤੁਹਾਡੀ ਇਸ ਵਿਜ਼ਿਟਿੰਗ ਦਾ ਕੀ ਪਰਪਸ ਕੀ ਆ ਇਸ ਵਾਰੀ ਜਿਹੜਾ ਮੈਂ ਆਇਆ ਵਾ ਸਾਡੀ ਇੱਕ ਸੰਸਥਾ ਹੈਗੀ ਐ ਇੰਟਰਨੈਸ਼ਨਲ ਪੰਜਾਬ ਫੋਰਮ ਜਿਹਦੇ ਪ੍ਰਧਾਨ ਨੇ ਸਰ ਰਜਿੰਦਰ ਸਿੰਘ ਚੱਡਾ ਸੈਕਟਰੀ ਜਨਰਲ ਨੇ ਸਰਦਾਰ ਅ ਬਲਬੀਰ ਸਿੰਘ ਕੱਕਰ ਜੀ ਅ ਇੱਕ ਕੋ ਆਰਗੇਨਾਈਜੇਸ਼ਨ ਬਣਾਈ ਹੈ ਨਾ ਨੇ ਕਿਉਂਕਿ ਇੱਕ ਸਾਲ ਤੋਂ ਕੰਮ ਕਰ ਰਹੇ ਸੀਗੇ 2019 ਦੇ ਵਿੱਚ 100 ਸਾਲਾ ਅ ਦਿੱਲੀਆ ਵਾਲੇ ਬਾਗ ਦੀ ਸ਼ਤਾਬਦੀ ਆ ਰਹੀ ਹੈ। ਔਰ ਅਗਰ ਕੈਨੇਡਾ ਕਾਮਾਗਾਟਾ ਮਾਰੂ ਦੀ ਮਾਫੀ ਮੰਗ ਸਕਦਾ ਤੇ ਬ੍ਰਿਟਿਸ਼ ਗਵਰਨਮੈਂਟ ਨੂੰ ਮੰਗਣੀ ਚਾਹੀਦੀ ਹੈ। ਉਹ ਸੰਸਥਾ ਨੇ ਇੱਕ ਕਮੇਟੀ ਬਣਾਈ ਸੀਗੀ ਜਿਸ ਦਾ ਨਾਮ ਸੀਗਾ ਜਲੀਆਂ ਵਾਲਾ ਬਾਕ ਮੈਮੋਰੀਟਿਵ ਕਮੇਟੀ ਜਿਹਦੇ ਚ ਲਾਰਡ ਰਾਜ ਲੂੰਬਾ ਸੀਗੇ ਲਾਰਡ ਮੈਗਨਾ ਡਿਸਾਈ ਸੀਗੇ ਜਿਹਦੇ ਵਿੱਚ ਵਿਕਰਮਜੀਤ ਸਿੰਘ ਸਾਰੀ ਸੀਗੇ ਸਰ ਭੁਪਿੰਦਰ ਸਿੰਘ ਚੱਡਾ ਸੀ ਹੋਰ ਐਮਿਨੈਂਟ ਲੋਗ ਇੰਡੀਆ ਤੋਂ ਇੱਥੋਂ ਸੀਗੇ 19 ਫਰਵਰੀ ਨੂੰ ਆਲਰੇਡੀ ਹਾਊਸ ਆਫ ਲਾਰਡਸ ਦੇ ਵਿੱਚ ਇਸ ਤੇ ਡਿਸਕਸ਼ਨ ਵੀ ਹੋਈ ਸੀਗੀ ਔਰ ਉਹਨੇ ਰეკਮੈਂਡ ਕੀਤੀ ਗਵਰਨਮੈਂਟ ਨੂੰ ਮਾਫੀ ਮੰਗਣ ਨੂੰ 13 ਅਪ੍ਰੈਲ ਰਾਤ ਨੂੰ ਹਾਊਸ ਆਫ ਲਾਰਡਸ ਇੱਕ ਬੈਂਕਵਿਟ ਸੀ ਗਾਡਨਸ ਸੀਗਾ ਅ ਇਥੋਂ ਸਾਰ ਸੁਰਿੰਦਰ ਸਿੰਘ ਮਾਨਕ ਇਹ ਕਾਫੀ ਐਕਟਿਵਲੀ ਇਹਦੇ ਚ ਇਨਵੋਲਡ ਰਹੇ ਨੇ ਤੇ ਉਹਦੇ ਵਿੱਚ ਉਹਦਾ ਪਰਪਸ ਇੱਕੋ ਸੀ ਕਿ ਆਪਾਂ ਕਿਸੇ ਤਰੀਕੇ ਬ੍ਰਿਟਿਸ਼ ਗਵਰਨਮੈਂਟ ਨੂੰ ਮਾਫੀ ਮੰਗਾਉਣ ਦੇ ਪਾਸੇ ਤੁਰੀਏ ਤ੍ਰੀਸਾ ਮੇ ਤੁਹਾਡੀ ਜਿਹੜੀ ਪ੍ਰਾਈਮ ਮਿਨਿਸਟਰ ਆ ਫੋਰਨ ਮਿਨਿਸਟਰ ਆ ਇਹਨਾਂ ਸਾਰਿਆਂ ਨੇ ਰਿਗਰੈਟ ਕੀਤਾ ਹੈ ਔਰ ਕੁਈਨ ਨੇ ਵੀ ਕੀਤਾ ਸੀਗਾ ਜਦੋਂ 97 ਸ਼ਾਇਦ ਗਈ ਸੀਗੀ ਚਰਚਲ ਨੇ ਵੀ ਕੀਤਾ ਸੀਗਾ ਲੇਕਿਨ ਹਾਊਸ ਆਫ ਕਾਮਨਸ ਨੇ ਤੇ ਉਸ ਵੇਲੇ ਹੀ ਕਰ ਦਿੱਤਾ ਸੀ 1919 ਦੇ ਵਿੱਚ ਲੇਕਿਨ ਹਾਊਸ ਆਫ ਲਾਰਡਸ ਨੇ ਇਸ ਨੂੰ ਅਪਲੋਡ ਕੀਤਾ ਸੀਗਾ ਐਂਡ ਸੈਕੰਡਲੀ ਉਹਦੇ ਵਾਸਤੇ ਪੈਸੇ ਵੀ ਇਕੱਠੇ ਕਰਕੇ ਉਹਨੂੰ ਫੰਡ 27000 ਪਾਉਂਡ ਉਹਦੇ ਲਈ ਇਕੱਠਾ ਕੀਤਾ ਸੀ ਸੋ ਮੈਂ ਸਮਝਦਾ ਕਿ ਹਿਸਟਰੀ ਨੀਡ ਟੂ ਬੀ ਕਰੈਕਟਡ ਨੰਬਰ 1 ਸੈਕੰਡਲੀ ਨਾਤੇ ਬ੍ਰਿਟਿਸ਼ ਦੇ ਕੈਰਿਕੂਲਮ ਦੇ ਵਿੱਚ ਪੜਾਇਆ ਜਾਂਦਾ ਜਿਹੜੇ ਇੱਥੇ ਬ੍ਰਿਟਿਸ਼ੀਅਸ ਨੇ ਉਹਨਾਂ ਨੂੰ ਨਹੀਂ ਪਤਾ ਜਿਹੜੇ ਆਪਣੇ ਮਾਈਗ੍ਰੇਟ ਹੋ ਕੇ ਇੰਡੀਆ ਤੋਂ ਆਏ ਨੇ ਉਹਨਾਂ ਨੂੰ ਵੀ ਇਹਦੇ ਬਾਰੇ ਨਹੀਂ ਪਤਾ ਔਰ ਇਸੇ ਤਰੀਕੇ ਨਾਲ ਹਿੰਦੁਸਤਾਨ 'ਚ ਵੀ ਅੱਜ ਦੀ ਪਨੀਰੀ ਨੂੰ ਇਸ ਬਾਰੇ ਗਿਆਨ ਨਹੀਂਗਾ ਅਵੇਅਰਨੈਸ ਸਾਡਾ ਲਿਆਂਦਾ ਸੀਗਾ ਕਿ ਜੇ ਆਪਣਾ ਇਤਿਹਾਸ ਭੁੱਲ ਜਾਈਏ ਤੇ ਮੈਂ ਸਮਝਦਾ ਕਿਤਨਾ ਕਿਤੇ ਨੁਕਸਾਨ ਖਾਵਾਂਗੇ ਅਸੀਂ ਜਿਵੇਂ ਤੁਸੀਂ ਦੱਸਿਆ ਕਿ ਤੁਹਾਡਾ ਪਰਪਸ ਜਿਹੜਾ ਇਹ ਮੀਨ ਚ ਸੀਗਾ ਹਾਈਲਾਈਟ ਕਰਨਾ ਲੇਕਿਨ ਫੇਰ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਵੇਂ ਕਹਿੰਦੇ ਇੱਕ ਜੂ ਟਰਨ ਬ੍ਰਿਟਿਸ਼ ਗਵਰਨਮੈਂਟ ਨੇ ਹੁਣ ਮਾਰੀ ਹੈਗੀ ਆ ਅਫਸੋਸ ਜੂ ਪ੍ਰਗਟ ਕੀਤਾ ਜਿਵੇਂ ਪਹਿਲਾਂ ਵੀ ਕੀਤਾ ਜਦੋਂ ਡੇਵਿਡ ਕੈਮਰਨ ਆ ਮਸਲ ਗਏ ਸੀ ਇਹਨਾਂ ਨੇ ਵੀ ਐਜ਼ ਅ ਪ੍ਰਾਈਮ ਮਿਨਿਸਟਰ ਕੀਤਾ ਸੀ ਲੇਕਿਨ ਇਹਦੀ ਜ਼ਿੰਮੇਵਾਰੀ ਲੈਂਦਿਆਂ ਮੁਆਫੀ ਜਿਹੜੀ ਆ ਉਹ ਤੋਂ ਇਸ ਵਾਰ ਵੀ ਇਹਨਾਂ ਨੇ ਬਚਾ ਕੀਤਾ ਕੀ ਤੁਹਾਡੀ ਸੰਸਦ ਜਦੋਂ ਤੁਸੀਂ ਵੀ ਮੈਂਬਰ ਹੋ ਕੀ ਇਸ ਚੀਜ਼ ਦਾ ਪ੍ਰੈਸ਼ਰ ਜਿਹੜਾ ਉਹ ਕੰਟੀਨਿਊ ਰੱਖੋਗੇ ਬਿਲਕੁਲ ਅਸੀਂ ਕੰਟੀਨਿਊ ਰੱਖਾਂਗੇ ਕਿਉਂਕਿ ਇੱਕ ਤਾਂ ਇਸ ਵੇਲੇ ਬ੍ਰਿਕਸਟ ਦੇ ਵਿੱਚ ਤੁਹਾਡੀ ਸਰਕਾਰ ਫਸੀ ਹੈ ਇੰਗਲੈਂਡ ਦੀ ਦੂਜੇ ਪਾਸੇ ਇਹਨਾਂ ਨੂੰ ਕਿਤੇ ਨਾ ਕਿਤੇ ਹੈਗਾ ਕਿ ਅਗਰ ਅਸੀਂ ਅਪੋਲੋਜੀ ਕੀਤੀ ਤੇ ਸਾਡੇ ਉੱਤੇ ਖਰਚਾ ਆ ਜਾਊਗਾ ਸਾਨੂੰ ਉਹਨਾਂ ਦੀ ਫੈਮਿਲੀਆ ਦੀ ਕੰਪਨਸੇਸ਼ਨ ਦੇਣੀ ਪੈ ਸਕਦੀ ਸੋ ਦੇ ਆਰ ਆਲਸੋ ਗੋਇੰਗ ਥਰੂ ਮੈਨੀ ਥਿੰਗਸ ਤੇ ਇਸ ਕਰਕੇ ਇਹਨੂੰ ਟਾਈਮ ਜ਼ਰੂਰ ਲੱਗ ਸਕਦਾ ਅਲਟੀਮੇਟਲੀ ਕੈਨੇਡੀਅਨ ਗਵਰਨਮੈਂਟ ਨੇ ਮਾਫੀ ਮੰਗੀ ਹੈ ਔਰ ਫਿਰ ਇਹਨਾਂ ਨੂੰ ਇਹ ਹੀ ਲੱਗਦਾ ਕਿ ਕਿਉਂਕਿ ਬ੍ਰਿਟਿਸ਼ ਰਾਜ ਖਾਲੀ ਹਿੰਦੁਸਤਾਨ 'ਚ ਨਹੀਂ ਸੀਗਾ ਅੱਧੀ ਦੁਨੀਆ ਦੇ ਰਾਜ ਕਰਦੇ ਸੀ ਸੂਰਜ ਨਹੀਂ ਛੁੱਪਦਾ ਸੀ ਕਿਤੇ ਵਰਜੀਨੀਆ ਦੇ ਨਾਲ ਇਹਨਾਂ ਨੇ ਧੱਕਾ ਕੀਤਾ ਕਿਤੇ ਅਫਰੀਕਾ 'ਚ ਇਹਨਾਂ ਨੇ ਧੱਕਾ ਕੀਤਾ ਕਿਤੇ ਆਸਟ੍ਰੇਲੀਆ 'ਚ ਕੀਤਾ ਇਹਨਾਂ ਨੇ ਕਿਤੇ ਹੋਰ ਮੁਲਕਾਂ 'ਚ ਇਹਨਾਂ ਨੇ ਧੱਕਾ ਕੀਤਾ ਉਹ ਸਾਰਿਆਂ ਦਾ ਇਹਨਾਂ ਨੂੰ ਖੌਫ ਆਉਂਦਾ ਹੈ ਕਿ ਜੇ ਆਪਾਂ ਇਹ ਜਿੱਥੇ ਨਾ ਅੱਗੇ ਨਿਕਲਦੀਆਂ ਰਹਿਣ ਨਿਕਲਦੀਆਂ ਰਹਿਣ ਕਿ ਆ ਇਹ ਤਾਂ ਸਿੱਜਿਆਲੇ ਵਾਲੇ ਬਾਗ ਦੀ ਗੱਲ ਲੇਕਿਨ ਕਿਸੇ ਨਾ ਕਿਸੇ ਕੋਨੇ ਦੇ ਵਿੱਚ ਇੱਕ ਦਰਦ ਮਹਿਸੂਸ ਜਿਹੜੇ ਬਾਹਰਲੇ ਬੈਠੇ ਖਾਸ ਤੌਰ ਤੇ ਸਹਿਕਰਦੇ ਲੇਕਿਨ ਉਹ ਘਟਨਾ ਤਾਂ ਜ ਤਕਰੀਬਨ ਹਰ ਸਿੱਖ ਨੂੰ ਬਲੁੰਦਰਦੀ ਹੈ ਉਹ ਹੈਗੀ 1984 ਦੀ ਬਾਹਰ ਬੈਠਾ ਸਹਿਕਰ ਸੋਚਦਾ ਕਿ ਜਿੱਲਿਆਂ ਵਾਲੇ ਬਾਗ ਦੇ ਲਈ ਤੁਸੀਂ ਉੱਥੋਂ ਚੱਲ ਕੇ ਇੱਥੇ ਆਉਂਦੇ ਹੋ ਇੰਨਾ ਕਰਦੇ ਹੋ ਲੇਕਿਨ ਦੂਸਰੇ ਪਾਸੇ 1984 ਦੇ ਕੀ ਗਵਰਨਮੈਂਟ ਜਿਹਨੇ ਉਹ ਮਾਫੀ ਮੰਗੀ ਬੇਸ਼ੱਕ ਡਾਕਟਰ ਮਰਮੋਹਨ ਸਿੰਘ ਵਿਲੇ ਮਾਫੀ ਜਿਹੜੀ ਉਹ ਮੰਗੀ ਗਈ ਹੈ ਲੇਕਿਨ ਸਿੱਖਾਂ ਨੇ ਉਹਨੂੰ ਅਕਸੈਪਟ ਨਹੀਂ ਕੀਤਾ ਕਿ ਇੱਕ ਸਿੱਖੀ ਮਾਫੀ ਕਿ ਮੰਗ ਰਿਹਾ ਹੈਗਾ ਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜਾਂ ਉਹਦੇ ਬਾਰੇ ਤੁਸੀਂ ਕੀ ਕਰ ਰਹੇ ਹੋ ਮੈਂ ਸਮਝਦਾ ਕਿ ਉਹ ਵੀ ਮਾਫੀ ਨਹੀਂ ਸੀ ਉਹ ਵੀ ਖੇਤ ਸੀਗਾ ਇਹ ਸੋਨੀਆ ਨੇ ਵੀ ਕਿਹਾ ਇੱਕ ਵਾਰੀ ਦੂਜੀ ਗੱਲ ਹੈ ਤੁਸੀਂ ਜਿਹੜੀ 84 ਦੀ ਗੱਲ ਛੇੜੀ ਹੈ ਮੈਂ ਸਮਝਦਾ ਕਿ ਮੇਰੀ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਵੱਡਾ ਸਮਾਂ ਮੇਰਾ 84 ਦੀ ਲੜਾਈ ਕਰਕੇ ਨਿਕਲਿਆ ਮੇਰੇ ਪਿਤਾ ਦਾ ਕਤਲ 1981 ਚੰਦਾ 82 83 84 ਦੇ ਵਿੱਚ ਹਾਲਾਤ ਐਸੇ ਬਣ ਗਏ ਸੰਤ ਪਿੰਡਰਾਣਿਆਂ ਨਾਲ ਉਹਨਾਂ ਦੀ ਬੜੀ ਨਜ਼ਦੀਕੀ ਸੀ ਮੇਰੀ ਬਹੁਤ ਨਜ਼ਦੀਕੀ ਸੀ ਸੰਤਾਨਾ ਲੇਕਿਨ ਗੋਲਡਨ ਟੈਂਪਲ ਇਲੈਕਸ਼ਨ ਬਲੂ ਸਟਾਰ ਤੋਂ ਬਾਅਦ ਜਿੱਦਾਂ ਦਿੱਲੀ 'ਚ 84 ਹੋਈ ਆ ਜਿਸ ਨੂੰ ਮੈਂ ਨਰਸੰਘਾਰ ਕਹੂੰਗਾ ਮੈਂ ਕਤਲੇਆਮ ਕਹੂੰਗਾ ਮੈਨੂੰ ਦੰਗੇ ਨਹੀਂ ਕਹੂੰਗਾ ਦੰਗੇ ਹੁੰਦੇ ਜਦ ਦੋ ਜਾਣੇ ਲੜਦੇ ਹੋਣ ਅਸੀਂ ਜਿਸ ਤਰੀਕੇ ਨਾਲ ਲੜੇ ਆ ਕਿ ਉਹ ਸ਼ਹਿਰ ਦੇ ਵਿੱਚ ਜਿੱਥੇ ਸਾਨੂੰ ਮਤਲਬ ਪੱਗ ਪਾ ਕੇ ਨਿਕਲਣਾ ਮੁਸ਼ਕਿਲ ਹੋ ਗਿਆ ਸੀ 1984 'ਚ ਅਸੀਂ ਜਿਸ ਤਰੀਕੇ ਨਾਲ ਲੜਾਈ ਨੂੰ ਜਾਰੀ ਰੱਖਿਆ ਸਾਨੂੰ ਵੀ ਲੋਕ ਕਹਿੰਦੇ ਸੀ ਹੁਣ ਤੁਸੀਂ 84 ਭੁੱਲ ਜਾਓ ਸਿੱਖ ਕਹਿਣ ਲੱਗ ਪਏ ਸੀ ਸਾਡਾ ਗੁਰਦੁਆਰਾ ਕਮੇਟੀ ਬਹੁਤ ਸਮਾਂ 15 ਸਾਲ ਸਰਨਾਪਰਾਮਾ ਕਰ ਰਹੀ ਆ ਉਹ ਹੈਂਡ ਇਨ ਗਲਵਸੀ ਕੇ ਕਾਂਗਰਸ ਦੇ ਉਹਨਾਂ ਨੇ ਕਾਫੀ ਨੁਕਸਾਨ ਮੈਂ ਸਮਝਦਾ ਕੀਤਾ ਲੇਕਿਨ ਜਿਹੜੀ ਲੜਾਈ ਅਸੀਂ ਲੜੀ ਹੈ ਅੱਜ ਅਸੀਂ ਸੈਟੀਸਫੈਕਸ਼ਨ ਨਾ ਕਹਿ ਸਕਦੇ ਆ ਕਦੀ ਕਿਸੇ ਨੇ ਸੁਪਨਾ ਵੀ ਲਿਆ ਸੀ ਸੱਜਨ ਕੁਮਾਰ ਅੰਦਰ ਜਾਏਗਾ ਕਦੀ ਕਿਸੇ ਨੇ ਸੁਪਨਾ ਵੀ ਲਿਆ ਸੀਗਾ ਕਿ ਆ ਫਾਂਸੀ ਦੀ ਸਜ਼ਾ ਹੋਣੀ ਸ਼ੁਰੂ ਹੋ ਜਾਏਗੀ ਤੁਸੀਂ ਜੇ ਦੇਖੋ ਜਿਸ ਦਿਨ 2014 ਦੇ ਵਿੱਚ 2014 ਦੇ ਵਿੱਚ ਸੌਰੀ 2014 బిਗਨਿੰਗ ਯੈਸ ਕਿਉਂਕਿ ਮੋਦੀ ਦੀ ਸਰਕਾਰ ਮਈ ਚਾਈ ਹੈ ਜਨਵਰੀ ਫਰਵਰੀ ਦੇ ਵਿੱਚ ਜਿਹੜੀ ਕੋਰਟ ਸੀਗੀ ਉਸਨੇ ਸੱਜਨ ਕੁਮਾਰ ਨੂੰ ਬਰੀ ਕਰ ਦਿੱਤਾ ਔਰ ਉਹ ਨਰਪ੍ਰੀਤ ਕੌਰ ਜਿਹੜੀ ਸੀਗੀ ਉਹ ਧਰਨੇ ਤੇ ਬੈਠ ਜਾਂਦੀ ਹੈ ਜਿਹੜੀ ਕੋਨਾ ਚ ਗਵਾ ਹੈਗੀ ਸੀਗੀ ਬੀਬੀ ਜਗਦੀਸ਼ ਕੌਰ ਜਗਸ਼ੀਰ ਸਿੰਘ ਇਹ ਜੰਤਰ ਮੰਤਰ ਭੁਖੜ ਧਾਲ ਤੇ ਬਹਿ ਜਾਂਦੀ ਹੈ ਨਰਪ੍ਰੀਤ ਕੌਰ ਮੈਨੂੰ ਯਾਦ ਹੈ ਮੈਂ ਉਹਨਾਂ ਦੇ ਨਾਲ ਇੱਥੇ ਆਇਆ ਸੀ ਉਹ ਇੱਕ ਬਹੁਤ ਵੱਡੇ ਚੈਨਲ ਤੇ ਮੇਰਾ ਇੰਟਰਵਿਊ ਸੀਗਾ ਉਹਨਾਂ ਨੇ ਮੈਨੂੰ ਇਹ ਸਵਾਲ ਪੁੱਛਿਆ ਸੀ ਅੱਜ ਮੈਂ ਤੁਹਾਡੇ ਤੇ ਉਹਨਾਂ ਨੂੰ ਫਿਰ ਜਵਾਬ ਦੇ ਰਿਹਾ ਹਾਂ ਉਹਨਾਂ ਦੇ ਸਵਾਲ ਦਾ ਉਹਨਾਂ ਨੇ ਸਵਾਲ ਪੁੱਛਿਆ ਸੀ ਜੀ ਕਿ ਤੁਸੀਂ ਨਰਪ੍ਰੀਤ ਕੌਰ ਨੂੰ ਧਰਨੇ ਤੋਂ ਉਠਾ ਦਿੱਤਾ ਤੁਸੀਂ ਕਿਉਂ ਧਰਨੇ ਤੋਂ ਉਠਾਇਆ ਜੀ ਉਸ ਤੇ ਮੈਂ ਬਾਅਦ ਚ ਆਣਾ ਪਰ ਪਹਿਲੇ ਮੈਂ ਆਣਾ ਕਿ ਅਸੀਂ ਪਹਿਲੇ ਦਿਨ ਅਸੀਂ ਡਾਕਟਰ ਮਨਮੋਹਨ ਸਿੰਘ ਦਾ ਘਰ ਘੇਰਿਆ ਦੂਜੇ ਦਿਨ ਅਸੀਂ ਸੋਨੀਆ ਗਾਂਧੀ ਦਾ ਘੜ ਕੇ ਰਿਆ ਤੀਜੇ ਦਿਨ ਮੈਟਰੋ ਰੇਲ ਕਦੀ ਬੰਦ ਨਹੀਂ ਹੋ ਸਕਦੀ ਉਹਦਾ ਮੁਕੱਦਮਾ ਐਸਾ ਖਤਰਨਾਕ ਜੇ ਜੇਲ੍ਹ ਚੋਂ ਨਹੀਂ ਬਚ ਸਕਦੇ 3 ਘੰਟੇ ਅਸੀਂ ਦਿੱਲੀ ਚ ਮੈਟਰੋ ਨਹੀਂ ਚੱਲਣ ਦਿੱਤੀ ਚੌਥੇ ਦਿਨ ਪਾਰਲੀਮੈਂਟ ਆਉਣ ਸੀਗਾ ਵਿਜੇ ਚੌਂਕ ਜਿੱਥੇ ਸਲਾਮੀ ਲੈਂਦਾ ਰਾਸ਼ਟਰਪਤੀ 26 ਜਨਵਰੀ ਦੀਆਂ ਜਿੱਥੇ ਮੀਟਿੰਗ ਰੀਟਰੀਟ ਹੁੰਦੀ ਹੈ ਅਸੀਂ ਉਹ ਚੌਂਕ ਖੇਡ ਲਿਆ ਸਵੇਰੇ 10 ਵਜੇ ਔਰ ਪਾਰਲੀਮੈਂਟ ਦੇ ਵਿੱਚ ਪ੍ਰਾਈਮ ਮਿਨਿਸਟਰ ਨੂੰ ਨਹੀਂ ਜਾਣ ਦਿੱਤਾ ਮਿਨਿਸਟਰਾਂ ਨੂੰ ਨਹੀਂ ਜਾਣ ਦਿੱਤਾ ਅਲਟੀਮੇਟਲੀ ਕਾਂਗਰਸ ਰਾਜਵੇਲੇ ਉੱਥੋਂ ਦਾ ਪੁਲਿਸ ਕਮਿਸ਼ਨਰ ਬਿਲਕੁਲ ਤੁਰ ਕੇ ਆਂਦਾ ਅਸੀਂ ਆਖਦੇ ਹਾਂ ਤੁਸੀਂ ਗੋਲੀ ਚਲਾਓ ਤੁਸੀਂ ਗੈਸ ਚਲਾਓ ਅਸੀਂ ਇੱਥੋਂ ਨਹੀਂ ਉੱਠਾਂਗੇ ਹਾਊ ਕੈਨ ਯੂ ਗਿਵ ਕਲੀਨ ਚਿੱਟ ਟੂ ਸਜੇਦ ਕੁਮਾਰ ਜਿਹੜਾ ਕਾਤਲ ਐ ਏਡੇ ਸਿੱਖਾਂ ਦਾ ਉਹਨੇ ਸ਼ਾਮੀ ਮੇਰੀ ਉਦੋਂ ਹੋਮ ਮਿਨਿਸਟਰ ਸੁਸ਼ੀਲ ਕੁਮਾਰ ਸ਼ਿੰਡੇ ਸੀਗਾ ਸ਼ਾਮੀ ਔਰ ਮੀਟਿੰਗ ਦੇ ਵਿੱਚ ਐਲਾਨ ਕੀਤਾ ਕਿ ਅਸੀਂ ਫਰਦਰ ਕੋਰਟ ਦੇ ਵਿੱਚ ਅਪੀਲ ਚ ਜਾ ਰਹੇ ਆ ਉਹ ਅਪੀਲ ਅਗਰ ਨਾ ਪਈ ਹੁੰਦੀ ਐ ਸੱਜਣ ਅੰਦਰ ਨਾ ਜਾਂਦਾ ਤੇ ਮਨੂੰ ਉਸ ਟੀਵੀ ਚੈਨਲ ਤੇ ਮੈਂ ਵਾਪਸ ਲੰਡਨ ਆਨਾ ਮਨੂੰ ਸਵਾਲ ਕੀਤਾ ਗਿਆ ਜੀ ਤੁਸੀਂ ਨਰਪ੍ਰੀਤ ਕੌਰ ਉਠਾਤੀ ਹੁਣ ਮਨੂੰ ਐ ਉਦੋਂ ਉਹਨਾਂ ਨੂੰ ਜਵਾਬ ਦਿੱਤਾ ਮੈਂ ਕਹਾਂ ਜੀ ਅਗਰ ਨਰਪ੍ਰੀਤ ਕੌਰ ਨੂੰ ਅਸੀਂ ਮਰਵਾ ਦਿੰਦੇ ਭੁੱਖ ਹੜਤਾਲ ਤੇ ਬਹਿ ਕੇ ਉਹ ਗਵਾਹ ਸੀ ਜੀ ਤੇ ਸੱਜਣ ਵੈਸੇ ਹੀ ਛੁੱਟ ਗਿਆ ਸੀਗਾ ਤੁਸੀਂ ਇਹ ਕਹਿਣਾ ਸੀ ਪਤਾ ਨਹੀਂ ਇਹਨਾਂ ਨੇ 50 ਹਜ਼ਾਰ ਏਕੜ ਲੈ ਲਈ ਜੀ ਇਹਨਾਂ ਨੇ ਪਤਾ ਨਹੀਂ ਕਿੱਡੇ ਕਰੋੜਾਂ ਰੁਪਏ ਖਾ ਲਏ ਜੀ ਇਹਨਾਂ ਨੇ ਸੱਜਣ ਕੁਮਾਰ ਤੋਂ ਕਾਂਗਰਸ ਸਰਕਾਰ ਤੋਂ ਨਰਪ੍ਰੀਤ ਮਰਵਾਤੀ ਨਰਪ੍ਰੀਤ ਜਿੰਦੀ ਚਾਹੀਦੀ ਸੀ ਕਿ ਮਰੀ ਚਾਹੀਦੀ ਸੀ ਜਿਵੇਂ ਜਗਦੀਸ਼ ਕੌਰ ਮਰੀ ਚਾਹੀਦੀ ਸੀ ਕਿ ਜਿੰਦੀ ਚਾਹੀਦੀ ਸੀ ਅੱਜ ਉਹ ਜਿੰਦੇ ਸੀ ਤੇ ਸੱਜਣ ਅੰਦਰ ਗਿਆ ਨਾ ਸੋ ਸਾਡੀ ਕੌਮ ਦੇ ਵਿੱਚ ਬੜੀ ਬਾਹਗੁਰੂ ਦੀ ਕਿਰਪਾ ਕਿ ਆਪਾਂ ਕਿੰਤੂ ਪਰੰਤੂ ਅਸੀਂ ਇਲਜ਼ਾਮ ਲਾਣ ਲੱਗਿਆ ਉਹ ਹੈ ਕਿ ਮੈਂ ਤਾਂ ਭੁਗਤ ਭੋਗੀ ਆ ਮੇਰੇ ਉੱਤੇ ਟ੍ਰਾਂਜ਼ਿਸਟਰ ਬੰਬ ਕੇਸ 1985 ਚ ਪੈਂਦਾ ਮੇਰੇ ਉੱਤੇ ਟਾੜਾ ਲਗਾਇਆ ਜਾਂਦਾ ਕਿਉਂਕਿ ਮੈਂ ਇਹ ਲੜਾਈ ਲੜਦਾ ਪਿਆ ਵਾਂ ਔਰ ਮੈਂ ਜਦੋਂ ਆਨਾ ਮੈਨੂੰ ਸਵਾਲ ਪੁੱਛੇ ਜਾਂਦੇ ਆ ਅੱਜ ਮੈਨੂੰ ਇਹ ਦੱਸਿਆ ਜਾਵੇ 1984 ਦੀ ਯਾਦਗਾਰ ਕੋਈ ਬਣਾ ਸਕਦਾ ਸੀ ਪਾਰਲੀਮੈਂਟ ਦੇ ਸਾਹਮਣੇ ਸੱਚ ਦੀ ਦੀਵਾਰ ਬਣਾਣੀ ਔਰ ਉਸ ਵੇਲੇ ਬਣਾਨੀ ਜਦੋਂ ਸੈਂਟਰ ਚ ਵੀ ਕਾਂਗਰਸ ਦੀ ਸਰਕਾਰ ਸਟੇਟ ਚ ਵੀ ਕਾਂਗਰਸ ਦੀ ਸਰਕਾਰ ਸਰਨੈਂਡ ਕੰਪਨੀ ਉਹਨਾਂ ਦੇ ਨਾਂ ਲੜ ਕੇ ਕੇਸ ਪਾਉਂਦੇ ਪਏ ਨੇ ਅੱਜ ਤੁਹਾਡੇ ਸਾਹਮਣੇ ਬਣ ਕੇ ਤਿਆਰ ਜਿੱਦਣ ਅਸੀਂ ਨਹੀਂ ਪੱਥਰ ਰੱਖਿਆ ਸੀ ਉਸ ਦਿਨ ਸਾਡੇ ਤੇ ਇਲਜ਼ਾਮ ਲੱਗਦੇ ਸੀ ਜੀ ਇਹ ਡਰਾਮੇ ਕਰਦੇ ਆ ਇਹ ਵੋਟਾਂ ਦੀ ਰਾਜਨੀਤੀ ਕਰਦੇ ਇਹਨਾਂ ਨੇ ਬਣਾਣੀ ਨਹੀਂ ਨਹੀਂ ਜੀ ਇਹਨਾਂ ਨੇ ਇਹ ਇਸ਼ੂ ਨੂੰ ਜਿੰਦਾ ਰੱਖਣਾ ਅੱਜ ਬਣੇ ਨੂੰ ਵੀ 3 ਸਾਲ ਹੋ ਗਏ ਜਾ ਕੇ ਦੇਖੋ ਮੈਂ ਉਹਨਾਂ ਨੂੰ ਕਹਿਣਾ ਵਾ ਜਿਹੜੇ ਸਵਾਲ ਕਰਦੇ ਸੀ ਇੱਕ جا کے دیکھو ਤੁਸੀਂ ਇੱਥੇ ਬਹਿ ਕੇ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਆ ਗਰਾਊਂਡ ਜ਼ੀਰੋ ਤੇ ਰਹਿ ਕੇ ਉਸ ਮੁਲਕ 'ਚ ਰਹਿ ਕੇ ਗੱਲ ਕਰਨੀ ਕੰਮ ਕਰਨੇ ਲੜਾਈ ਲੜਨੀ ਸੱਜਣ ਟਾਈਟਲ ਆ ਗਿਆ ਨਾ ਅੱਜ ਇੱਕ ਟਾਈਟਲਰ ਨੇ ਮਿਰਤੇ ਕੇਸ ਪਾਇਆ ਮੈਂ ਟਾਈਟਲਰ ਦੀ ਇੱਕ ਵੀਡੀਓ ਜਾਰੀ ਕੀਤੀ ਸੀ ਤੁਹਾਨੂੰ ਯਾਦ ਹੋਣਾ ਉਹਦਾ ਸਟਿੰਗ ਸੀਗਾ ਉਸਨੇ ਮੇਰੇ ਤੇ ਐਫਆਈਆਰ ਕਰਾ ਦਿੱਤੀ ਆ ਅੱਜ ਮੈਂ ਉਸੇ ਐਫਆਈਆਰ 'ਚ ਲੜਦਾ ਪਿਆ ਵਾਂ ਕਿ ਮੈਂ ਉਸ ਨੂੰ ਅੰਦਰ ਕਰਾਵਾਂਗਾ ਸੋ ਮੈਂ ਸਮਝਦਾ ਵਾਂ ਕਿ ਅਸੀਂ ਇੱਕ ਬਹੁਤ ਲੰਬੀ ਲੜਾਈ ਲੜਦੇ ਪਿਆ ਹਾਂ ਹਾਂ ਤੁਹਾਡਾ ਬੂਲ ਸਵਾਲ ਸੀ ਮਾਫੀ ਦਾ ਮਾਫੀ ਬਿਲਕੁਲ ਅਸੀਂ ਪਾਰਲੀਮੈਂਟ ਦੇ ਵਿੱਚ ਪ੍ਰੈਸ਼ਰ ਭਾਪੀ ਦੇ ਵੀ ਪਾ ਰਹੇ ਆ ਕਿ ਇਹ ਮਾਫੀ ਮੰਗਣੀ ਚਾਹੀਦੀ ਹੈ ਲੇਕਿਨ ਜਿੱਦਾਂ ਮੈਂ ਤੁਹਾਨੂੰ ਕਹਿਆ ਨਾ ਤੁਹਾਡੀ ਸਰਕਾਰ ਨੂੰ ਕਈ ਗੱਲਾਂ ਸੋਚਣੀਆਂ ਪੈਂਦੀਆਂ ਬੀਜੇਪੀ ਨੂੰ ਸ਼ਾਇਦ ਲੱਗਦਾ ਹੋਊਗਾ ਫਿਰ ਹੋਰ ਕਿਹ ਚੀਜ਼ਾਂ ਦੀ ਮਾਫੀ ਮੰਗਣੀ ਹੋਏਗੀ ਪਰ ਜਦੋਂ ਅਸੀਂ ਕਿਸੇ ਪਾਸੇ ਤੁਰ ਪਏ ਆ ਤੇ ਇਹਨੂੰ ਕਿਸੇ ਥਰੇ ਲਾ ਕੇ ਛੱਡਾਂਗੇ ਹਾਂ ਕਿਉਂਕਿ ਇਹੀ ਚੀਜ਼ ਜਿਹੜੀ ਉਹ ਬਾਰ-ਬਾਰ ਦੇ ਵਿੱਚ ਆਉਂਦੀ ਆ ਕਿ ਭਾਵੇਂ ਹੁਣ ਕੇਜਰੀਵਾਲ ਜਦੋਂ ਮੁੱਖ ਮੰਤਰੀ ਬਣਿਆ ਤੇ ਦਿੱਲੀ ਵਿਧਾਨ ਸਭਾ ਦੇ ਵਿੱਚ ਜਿਹੜੀ ਇਹ ਚ ਨੂੰ ਆਇਆ ਮਤਾ ਲੇਕਿਨ ਉਸ ਤੋਂ ਪਹਿਲਾਂ ਦੀਆਂ ਸਰਕਾਰਾਂ ਨੇ ਸਿੱਖਾਂ ਨੂੰ ਸਰਟੀਫਾਈਕਾ ਵਾਲਾ ਜਿਹੜਾ ਉਹ ਮਾਫੀ ਜਿਹੜੀ ਆ ਉਹ ਨਹੀਂ ਮੰਗੀ ਗਈ ਨਾ ਦਿੱਲੀ ਵੱਲੋਂ ਤੇ ਨਾ ਮੇਰੇ ਖਿਆਲ ਸੈਂਟਰ ਵੱਲੋਂ ਦੇਖੋ ਜਿੱਥੋਂ ਦਾ ਕੇਜਰੀਵਾਲ ਦਾ تعلق ਆ ਕੇਜਰੀਵਾਲ ਦੀ ਜਦੋਂ ਸਰਕਾਰ ਆਈ ਸੀਗੀ 49 ਦਿਨਾਂ ਦੀ ਉਹ ਉਦੋਂ ਉਹਨੇ ਐਸਆਈਟੀ ਬਣਾਈ ਸੀਗੀ ਮਤਲਬ ਉਹ ਕੈਸਾ ਮਖੌਲ ਸਾਡੇ ਨਾਲ ਕੀਤਾ ਗਿਆ ਕਹਿੰਦੇ ਜੀ ਮੈਂ ਸਾਫ਼ ਦੇ ਦੂੰਗਾ ਤੁਹਾਨੂੰ ਅਗਰ ਯਾਦ ਹੋਵੇ ਇਹ ਉਹਨਾਂ ਦਿਨਾਂ ਚ ਧਰਨੇ ਤੇ ਬਹਿ ਗਿਆ ਸੀ ਇਹਦੇ ਆਖੇਖ ਸਿਪਾਹੀ ਨਹੀਂ ਬਦਲਿਆ ਗਿਆ ਸੀਗਾ ਤੇ ਮੈਂ ਉਹਨੂੰ ਸਵਾਲ ਕੀਤਾ ਸੀ ਕੇਜਰੀਵਾਲ ਜੀ ਤੁਹਾਡੇ ਆਖੇ ਚਿਪਾਈ ਤਾਂ ਬਦਲਿਆ ਨਹੀਂ ਜਾਂਦਾ ਤੁਸੀਂ 84 ਦਾ ਇਨਸਾਫ ਦਿਓਗੇ ਜਿਹੜੇ ਐਨੇ ਸਾਲਾਂ ਤੋਂ ਅਸੀਂ ਲੜ ਰਹੇ ਹਾਂ ਤੁਸੀਂ ਕਿਉਂ ਰਾਜਨੀਤੀ ਕਰਦੇ ਹੋ ਦੂਜੀ ਗੱਲ 49 ਦਿਨਾਂ ਦੀ ਸਰਕਾਰ ਦੇ ਵਿੱਚ 8 ਐਮਐਲਏ ਉਹਨਾਂ ਦੇ ਕਾਂਗਰਸ ਦੇ ਸੀ ਜਿਹੜੇ ਨੂੰ ਸਪੋਰਟ ਕਰ ਰਹੇ ਸੀ ਤੂੰ ਕਾਂਗਰਸ ਦੀ ਬਸਾਕੀਆਂ ਤੇ ਤੇਰੀ ਸਰਕਾਰ ਖੜੀ ਕਾਂਗਰਸ ਨੇ ਸਾਡਾ ਕਤਲ ਕੀਤਾ ਕਾਂਗਰਸ ਨੇ ਸਾਨੂੰ ਇਨਸਾਫ ਨਹੀਂ ਲੈਣ ਦਿੱਤਾ ਕਾਂਗਰਸ ਨੇ ਸੱਜਣ ਟਾਈਟਰ ਐਚ ਕੇ ਐਲ ਭਗਤ ਨੂੰ ਵਜ਼ੀਰ ਬਣਾਇਆ ਐਮਪੀ ਬਣਾਇਆ ਜੈਡ ਪਲੱਸ ਸਿਕਿਉਰਟੀ ਦਿੱਤੀ ਤੇ ਤੁਸੀਂ ਸਾਨੂੰ ਇਨਸਾਫ ਦਿਓਗੇ ਮੈਂ ਸਮਝਦਾ ਦੇਖੋ ਅਸੀਂ ਇਨਸਾਫ ਦੀ ਲੜਾਈ ਲੜੀ ਹੈ ਔਰ ਲੜਾ ਕੇ ਅੱਜ ਛਾਤੀ ਠੋਕ ਕੇ ਕਹਿ ਸਕਦੇ ਹਾਂ ਕਿ ਅਸੀਂ ਬੰਦੇ ਅੰਦਰ ਕਰਾਏ ਹੈ 34 ਸਾਲਾਂ ਬਾਅਦ ਅੰਦਰ ਕਰਾਏ ਹੈ ਔਰ ਉਹਦੀ ਕਾਸਟ ਸਾਨੂੰ ਦੇਣੀ ਪਈ ਹੈ ਸਾਨੂੰ ਕਿਸੇ ਤੋਂ ਸਰਟੀਫਿਕੇਟ ਨਹੀਂ ਚਾਹੀਦਾ ਲੇਕਿਨ ਜੋ ਕੰਮ ਕੀਤਾ ਲੋਕਾਂ ਦੇ ਸਾਹਮਣੇ ਔਰ ਇੱਕ ਡੈਡੀਕੇਟਿਡਲੀ ਲੰਬੀ ਲੜਾਈ ਹੁਣ ਇਸ ਵੇਲੇ ਜਿਹੜਾ ਕੇਸ ਹੈ ਅਸੀਂ ਹੋਰ ਪਾਸੇ ਤੋਰਤਾ ਜਿਹੜੇ ਬੰਦੇ ਕਤਲ ਹੋਏ ਆ ਉਹਨਾਂ ਚ ਪੁਲਿਸ ਵਾਲਿਆਂ ਦਾ ਕੀ ਰੋਲ ਸੀਗਾ ਉਹਨਾਂ ਨੂੰ ਵੀ ਅੱਜ ਭਾਵੇਂ ਰਿਟਾਇਰ ਹੋ ਚੁੱਕੇ ਦੇ ਸ਼ੁੱਡ ਬੀ ਆਲਸੋ ਟੇਕਨ ਟੂ ਟਾਸਕ ਬਿਕਾਜ਼ ਜਦੋਂ ਤੁਹਾਡੇ ਇੱਥੇ ਸ਼ਾਇਦ 999 ਮਿਲਾਂਦੇ ਹੋ ਸਾਡੇ ਉਥੇ 100 ਨੰਬਰ ਮਿਲਾਂਦੇ ਆ ਐਮਰਜੈਂਸੀ ਤੇ ਪੁਲਿਸ ਨੂੰ ਜਦੋਂ 100 ਨੰਬਰ ਦੀ ਕਾਲ ਜਾਂਦੀ ਹੈ ਜਦੋਂ ਕਾਲ ਕੰਟਰੋਲ ਰੂਮ ਚ ਜਾਂਦੀ ਹੈ ਉਹ ਉਸ ਵੇਲੇ ਉਸ ਇਲਾਕੇ ਦੇ ਥਾਣੇ ਨੂੰ ਇਨਫਾਰਮ ਕਰਦੇ ਉਥੇ ਜਿਹੜੀ ਫਲੈਂਸ ਸਕਾਡ ਹੁੰਦੀ ਹੈ ਉਹਨੂੰ ਇਨਫਾਰਮ ਕਰਦੇ ਆ ਉਹ ਡਾਇਰੀ ਉਹਦੀ ਮੇਨਟੇਨ ਹੁੰਦੀ ਹੈ ਅਸੀਂ ਉਹ ਰਿਕਾਰਡ ਕਢਵਾ ਰਹੇ ਆ ਕਿ ਜਿਹੜੀਆਂ ਉਹ ਡਿਸਟ्रेस ਕਾਲਸ ਆਈਆਂ ਨੇ ਉਹਨਾਂ ਦਾ ਡੀਲ ਕਿਦਾਂ ਕੀਤਾ ਗਿਆ ਕਿ ਉਹਨਾਂ ਨੂੰ ਉਦਾਂ ਹੀ ਸਾਡੇ ਦਿੱਤਾ ਗਿਆ ਇਹਦਾ ਮਤਲਬ ਪੁਲਿਸ ਆਫਸਰ ਪੂਰਾ ਤੰਤਰ ਇਨਵੋਲਡ ਸੀਗਾ ਤੰਤਰ ਭਾਵੇਂ ਇਨਵੋਲਵ ਇਸ ਕਰਕੇ ਸੀ ਕਿਉਂਕਿ ਰਜੀਵ ਗਾਂਧੀ ਦਾ ਹੁਕਮ ਸੀਗਾ ਨਾਈ ਨੂੰ ਲੜਦੇ ਆ ਕਾਫੀ ਚਿਰ ਹੋ ਗਿਆ ਔਰ ਫਿਰ ਬਹੁਤਾ ਸਮਾਂ ਪਿਛਲੇ 34 ਸਾਲਾਂ ਚ ਕਾਂਗਰਸ ਦਾ ਰਾਜ ਰਿਹਾ ਬੀਜੇਪੀ ਕੋਲੋਂ ਸਾਨੂੰ ਸਹੂਲਤ ਮਿਲੀ ਹੈ ਬੀਜੇਪੀ ਕੋਲੋਂ ਅਸੀਂ ਕਾਮਯਾਬ ਹੋ ਗਏ ਨਾ ਬੰਦਿਆਂ ਨੂੰ ਅੰਦਰ ਕਰਾਉਣ ਵਾਸਤੇ ਲੇਕਿਨ ਕਾਂਗਰਸ ਦਾ ਬਹੁਤਾ ਸਮਾਂ ਰਾਜ ਹੋਣ ਕਰਕੇ ਉਹ ਪੱਤਾ ਨਹੀਂ ਹਿੱਲਣ ਦਿੰਦੇ ਸੀ ਜੇ ਕੋਈ ਅਸੀਂ ਗਵਾਹ ਫੜ ਕੇ ਵੀ ਲਿਆਦੇ ਸੀ ਤੇ ਉਹਨੂੰ ਧਮਕਾ ਦਿੱਤਾ ਜਾਂਦਾ ਸੀਗਾ ਸੋ ਵੇਟ ਕਰੋ ਜਿੱਥੇ ਇਹ ਕੰਮ ਹੋਇਆ ਮਾਫੀਆ ਵਾਲਾ ਕੰਮ ਵੀ ਹੋਊਗਾ ਹੁਣ ਆਪਾਂ ਥੋੜਾ ਜਿਹਾ ਉਹਨੇ ਇੱਕ ਹੋਰ ਕੇਸ ਪਿਛਲੇ ਦਿਨੀ ਜੋ ਇਨਸੀਡੈਂਟ ਤੁਹਾਡੇ ਨਾਲ ਅਮਰੀਕਾ ਦੇ ਵਿੱਚ ਹੋਇਆ ਕਿਸੇ ਵੀ ਸਿੱਖ ਦੀ ਦਸਤਾਰ ਨੂੰ ਲਾਉਣਾ ਜਾਂ ਹਮਲਾ ਕਰਨਾ ਉਹ ਅਨਅਸੈਪਟੇਬਲ ਆ ਉਹ ਨਹੀਂ ਹੋਣਾ ਬ੍ਰੋਤਾ ਜਿਹੜੀਆਂ ਉਹ ਬਾਹਰ ਸਿੱਖਾਂ ਦੇ ਵਿੱਚ ਸਿੱਖਾਂ ਦੇ ਤੇ ਜਿਹੜੇ ਪੰਜਾਬ ਤੋਂ ਆਉਣ ਵਾਲਿਆਂ ਦੇ ਵਿੱਚ ਲੀਡਰਸ਼ਿਪ ਦੇ ਵਿੱਚ ਜਿਹੜੀ ਆ ਉਹ ਕਾਫੀ ਦੇਖਣ ਨੂੰ ਜਿਹੜੀ ਆ ਉਹ ਮਿਲ ਰਹੀ ਹੈ ਮੈਂ ਇਹ ਨਹੀਂ ਕਹਾਂਗਾ ਉਹ ਕਿਵੇਂ ਹੋਇਆ ਕਿਵੇਂ ਨਹੀਂ ਮੈਂ ਇਹ ਕਹਾਂ ਕਿਉਂਕਿ ਤੁਸੀਂ ਇੱਕ ਬਹੁਤ ਹੀ ਜ਼ਿੰਮੇਵਾਰ ਜਿਹੜੇ ਅਹੁਦੇ ਤੇ ਰਹਿ ਚੁੱਕੇ ਹੋ ਤੇ ਹੁਣ ਰੋਲ ਅਦਾ ਰਹੇ ਹੋ ਇਸ ਸਿੱਖਾਂ ਦੀ ਆਪਸ ਵਿੱਚ ਦਾ ਟਕਰਾਓ ਨੂੰ ਟਾਲਣ ਦੇ ਲਈ ਫਿਊਚਰ ਦੇ ਵਿੱਚ ਕੀ ਕੁਝ ਹੈ ਇਦਾਂ ਦਾ ਪਲਾਨ ਵੀ ਤਾਂ ਕਿ ਜਿਹੜੇ ਸਿੱਖ ਬੇਸ਼ੱਕ ਜਿਹੜੇ ਆ ਬਾਹਰ ਰਹਿੰਦੇ ਨੇ ਅਸੀਂ ਖੁਦ ਥੋੜੇ ਇਹਨਾਂ ਕੈਦ ਨਹੀਂ ਕਿ ਉਹ ਕਟੜਵਾਦਾ ਜਾਂ ਉਹ ਖਾਲਸਾ ਦੀ ਮੰਗ ਕਰਦੇ ਆ ਜਿਹੜਾ ਪੰਜਾਬ ਤੋਂ ਦੂਰ ਹਿੰਦੁਸਤਾਨ ਦੇ ਕੋਨੇ-ਕੋਨੇ ਤੇ ਬੈਠਾ ਸਿੱਖ ਉਹ ਇਸ ਚੀਜ਼ ਨੂੰ ਨਹੀਂ ਐਕਸੈਪਟ ਨਹੀਂ ਕਰ ਰਿਹਾ ਕੋਈ ਏਦਾਂ ਦਾ ਸੋਲੂਸ਼ਨ ਕਰਦੇ ਹੋ ਕਿ ਤਾਂ ਕਿ ਸਿੱਖ ਜਿਹੜੇ ਆਪ ਦੇ ਸਾਂਝੇ ਮੁੱਦਿਆਂ ਲੈ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਤੇ ਇਹੋ ਜਿਹੇ ਇਕਠਾਵਾ ਜਿਹੜੀਆਂ ਨਾਂ ਬਾਪਨ ਦੇਖੋ ਇਹ ਤਾਂ ਸਾਨੂੰ ਇੱਕ ਵੱਡੀ ਸੋਚ ਬਣਾਣੀ ਪੈਗੀ 12ਵੀਂ ਜਿਹੜਾ ਸਾਰਾ ਸਿੱਖ ਬੈਠਾ ਉਹ ਖਾਲਸਾਤਨ ਦੀ ਮੰਗਦਾ ਉਹਨਾਂ 'ਚ ਕੁਝ ਪਰਸੈਂਟੇਜ ਹੈ ਬਿਲਕੁਲ ਸਾਨੂੰ ਕੋਈ ਇਤਰਾਜ਼ ਨਹੀਂ ਤੁਸੀਂ ਖਾਲਸਾਤਨ ਮੰਗਦੇ ਹੋ ਮੰਗੋ ਲੜੋ ਤੁਸੀਂ ਉਸ ਵਾਸਤੇ ਪਰ ਉਹ ਲੜਾਈ ਵਾਸਤੇ ਗਰਾਊਂਡ ਜ਼ੀਰੋ ਤੇ ਆ ਜਾਓ ਨਾ ਇੱਥੇ ਬਹਿ ਕੇ ਗੱਲ ਕਰਨ ਦੀ ਬੜੀ ਸੌਖੀ ਹੈ ਨੰਬਰ 1 ਦੂਜੀ ਗੱਲ ਜੇ ਖਾਲਸ탄 ਬਣ ਗਿਆ ਕੀ ਤੁਸੀਂ ਆਣਾ ਉਸ ਜਗ੍ਹਾ ਤੇ ਤੁਸੀਂ ਆਪ ਇਹ ਮੁਲਕ ਛੱਡ ਕੇ ਆਓਗੇ ਖਾਲਸ탄 ਦੇ ਵਿੱਚ ਤੇ ਜੇ ਤੁਸੀਂ ਆਣਾ ਨਹੀਂ ਜਿਹੜੇ ਹਿੰਦੁਸਤਾਨ 'ਚ ਬੈਠੇ ਹੋ ਮੰਗਦੇ ਨਹੀਂ ਪਏ ਉਹਦਾ ਕਾਰਨ ਹੈ ਇਹ ਗੱਲ ਸਮਝਣ ਮੇਰੇ ਭਰਾ ਨੇ ਇਹ ਸੱਜਣ ਵੀ ਜਿਨ੍ਹਾਂ ਨੇ ਮੇਰੇ ਤੇ ਹਮਲਾ ਕੀਤਾ ਮਨ ਨੂੰ ਉਹਦਾ ਕੋਈ ਅਫਸੋਸ ਨਹੀਂ ਮੇਰਾ ਮਨ ਨੂੰ ਹਾਂ ਇਹ ਜ਼ਰੂਰ ਮੈਂ ਸੋਚਦਾ ਮੇਰਾ ਕਸੂਰ ਕੀ ਸੀਗਾ ਮੇਰਾ ਕਸੂਰ ਇਹ ਸੀਗਾ ਕਿ ਮੈਂ 84 ਦੀ ਲੜਾਈ ਲੜੀ ਮੇਰਾ ਕਸੂਰ ਇਹ ਸੀਗਾ ਕਿ ਕਿਤੇ ਕੋਈ ਸਿੱਖ ਨਾਲ ਹਮਲਾ ਹੋ ਜਾਏ ਕਿਸੇ ਗੁਰਦੁਆਰੇ ਤੇ ਹਮਲਾ ਹੋ ਜਾਏ ਕਿਤੇ ਕਿਸੇ ਨਾਲ ਹੋਰ ਬਦਸਲੂਕੀ ਹੋ ਜਾਏ ਅਸੀਂ ਲੜਾਈ ਲੜੀ ਸਾਡਾ ਕਸੂਰ ਇਹ ਸੀਗਾ ਕਿ ਅਸੀਂ ਸਕੂਲ ਕਾਲਜ ਆਪਣੀ ਸਿੱਖੀ ਦਾ ਪ੍ਰਚਾਰ ਕੀਤਾ ਅੱਜ ਦਿੱਲੀ ਗੁਰਦੁਆਰਾ ਕਮੇਟੀ ਚ ਜੇ ਮੈਂ ਰਿਹਾ ਕਿਸੇ ਨੂੰ ਲਾਲ ਕਿਲੇ ਦਾ ਇਤਿਹਾਸ ਪਤਾ ਸੀਗਾ ਕਿ ਸਿੰਘਾਂ ਨੇ ਲਾਲਕਲੇ ਫਤਿਹ ਕੀਤਾ ਕਦੀ ਕੋਈ ਸੋਚ ਸਕਦਾ ਸੀ ਕਿ ਜਿਸ ਸ਼ਹਿਰ ਚ 84 ਹੋਈ ਹੋਵੇ ਉਸ ਸ਼ਹਿਰ ਦੇ ਵਿੱਚ ਤੁਸੀਂ ਲਾਲਕਲੇ ਜਾ ਕੇ ਲੱਖ ਬੰਦਾ ਜਾ ਕੇ ਨਿਸ਼ਾਨ ਸਾਹਿਬ ਗੱਡ ਕੇ ਤੁਸੀਂ ਗੁਰੂ ਦੇ ਸ਼ਬਦ ਗਾਇਨ ਕਰੋ ਤੁਸੀਂ ਉੱਥੇ ਨਿਹੰਗ ਸਿੰਘ ਫੌਜਾਂ ਜਾ ਕੇ ਆਪਣੇ ਕਰਤੱਬ ਦਿਖਾਣ ਇਹ ਸਾਰੀਆਂ ਗੱਲਾਂ ਬਾਬਾ ਬੰਦਾ ਸਿੰਘ ਬਹਾਦਰ ਦੀ 300 ਸਾਲਾ ਸ਼ਤਾਬਦੀ ਕਿੱਦਾਂ ਮਨਾਈ ਗਈ ਮਤਲਬ ਇਹ ਸਾਰੀਆਂ ਗੱਲਾਂ ਕਰਨ ਤੋਂ ਬਾਅਦ ਮਨ ਨੂੰ ਨਹੀਂ ਸਮਝ ਲੱਗਾ ਕਿਉਂ ਆਪ ਚਲੋ ਉਹਨਾਂ ਦੀ ਸੋਚ ਸੀਗੀ ਮਨੂੰ ਰੱਬ ਨੇ ਬਖਸ਼ਿਸ਼ ਕੀਤੀ ਮੇਰਾ ਬਚਾ ਹੋਇਆ ਪਰ ਇੱਕ ਗੱਲ ਇਹ ਸਮਝੋ ਤੁਸੀਂ ਦੁਬਾਰਾ 84 ਕਰਾਣਾ ਚਾਹੁੰਦੇ ਹੋ ਹਿੰਦੁਸਤਾਨ 'ਚ ਅੱਜ ਮੈਜੋਰਟੀ ਅਸੀਂ ਪੰਜਾਬੋਂ ਬਾਹਰ ਬੈਠੇ ਆ ਅੱਗੇ ਮੈਂ ਪੰਜਾਬ 'ਚ ਪਿੱਛੇ ਮੈਂ ਲੈਕਚਰ ਕਰਨ ਗਿਆ ਸੀਗਾ ਬਹੁਤ ਵੱਡੀ ਕਨਵੈਨਸ਼ਨ ਸੀਗੀ ਅਕਾਲੀ ਦਲ ਦੀ ਲੱਖਾਂ ਬੰਦਾ ਸੀ ਮੈਂ ਤੇ ਇੱਕ ਗੱਲ ਸਮਝ ਲੈਣਾ ਪੰਜਾਬ ਤੁਸੀਂ ਕਦੇ ਨੂੰ ਪੰਜਾਬ 'ਚ ਬੜਾ ਤਸ਼ੱਦਦ ਹੋਇਆ 40000 30000 ਮੁੰਡਾ ਮਰਿਆ 15 ਸਾਲਾਂ 'ਚ 10 ਸਾਲਾਂ ਦੇ ਉਸ ਦੱਕੇ 'ਚ ਮੈਂ ਕਿਹਾ ਪੰਜਾਬੋਂ ਬਾਹਰ 3 ਦਿਨਾਂ ਦੇ ਵਿੱਚ 15000 ਸਿੱਖ ਮਾਰਤਾ ਸੀ ਉਹਨਾਂ ਨੇ 3 ਦਿਨਾਂ 'ਚ ਬਿਲਕੁਲ ਤੇ ਤੁਹਾਨੂੰ ਲੱਗੇ ਸੀਗੇ ਕਿੰਨੇ ਸਾਲ ਅੱਜ ਫੇਰ ਤੁਸੀਂ ਉਹ ਹਾਲਾਤ ਨਾ ਪੈਦਾ ਕਰ ਦਿਓ ਹਾਂ ਜੇ ਲੜਾਈ ਲੜਨੀ ਆ ਉਹਦਾ ਐਕਸਿਸਟਮ ਨਾਲ ਲੜਾਈ ਲੜ ਲਓ ਉੱਥੇ ਆਉਣਾ ਹੋ ਸਕਦਾ ਸੀ ਤੁਹਾਡਾ ਸਾਥ ਦੇ ਦਈਏ ਲੇਕਿਨ ਤੁਸੀਂ ਇਦਾਂ ਦੀ ਰਾਜਨੀਤੀ ਨਾ ਕਰੋ ਕਿ ਕਿਸੇ ਬਾਅਦ ਦੇ ਐਕਸ਼ਨ ਨਾਲ ਉੱਥੇ ਤੁਹਾਡੀ ਕੌਮ ਦਾ ਬਹੁਤ ਵੱਡਾ ਨੁਕਸਾਨ ਹੋ ਜਵੇ ਅਸੀਂ ਬੜੀ ਮੁਸ਼ਕਿਲ ਨਾਲ 84 ਤੋਂ ਬਾਅਦ ਪੰਜਾਬੋਂ ਬਾਹਰ ਲੋਕੀ ਉੱਠੇ ਨੇ ਬਰਬਾਦ ਹੋ ਗਏ ਨੇ ਵਿਚਾਰਿਆਂ ਤੇ ਪਰਿਵਾਰ ਨਹੀਂ ਉੱਠ ਸਕੇ ਲੇਕਿਨ ਅੱਜ ਇਹੋ ਜੀ ਰਾਜਨੀਤੀ ਨਾ ਕਰੋ ਕਿ ਤੁਹਾਡੇ ਐਕਸ਼ਨ ਨਾਲ ਉੱਥੇ ਕੋਈ ਰਿਐਕਸ਼ਨ ਹੋ ਜਵੇ ਹਾਂ ਜਦੋਂ ਵਕਤ ਆਏਗਾ ਜਦੋਂ ਖਾਲਿਸਤਾਨ ਬਣਦਾ ਹੋਏਗਾ ਆਪਾਂ ਜ਼ਰੂਰ ਉਸ ਬਾਰੇ ਜ਼ਰੂਰ ਦੇਖਾਂਗੇ ਕਿ ਕੀ ਹਾਲਾਤ ਨੇ ਕੀ ਨਹੀਂ ਨੇ ਲੇਕਿਨ ਆਪਣੀ ਕਿਸੇ ਦੂਜੀ ਗੱਲ ਪਾਕਿਸਤਾਨ ਦਾ ਕੀ ਰੋਲ ਹੈ ਇਹਦੇ ਵਿੱਚ ਹੁਣ ਮੈਂ ਪਾਕਿਸਤਾਨ ਗਿਆ 2 ਸਾਲ ਪਹਿਲੇ ਉੱਥੇ ਮਨੂੰ ਜਿਹੜੇ ਵੈਕਿਊਮ ਬੋਰਡ ਦੇ ਚੇਅਰਮੈਨ ਸੀਗੇ ਉਹਨਾਂ ਨੇ ਮਨੂੰ ਸਵਾਲ ਕੀਤਾ ਉਹਨਾਂ ਨੇ ਮਨੂੰ ਸਵਾਲ ਕੀਤਾ ਕਹਿੰਦੇ ਸਰਦਾਰ ਸਾਹਿਬ ਇਹ ਕਿਆ ਆਪਣੇ ਅਕਾਲ ਤਖਤ ਲਗਾਇਆ ਹੋਇਆ ਹੈ ਅਕਾਲ ਤਖਤ ਸਾਤੋਂ ਨਨਕਾਣਾ ਸਾਹਿਬ ਮੇ ਹੋਣਾ ਚਾਹੀਏ ਜਹਾਂ ਗੁਰੂ ਨਾਨਕ ਦੇਵ ਪੈਦਾ ਹੋਏ ਹਨ ਉਸ ਸੰਮਕਦਸ ਜਗ੍ਹਾ ਕਿਆ ਹੋ ਸਕਤੀ ਹੈ ਮੈਂ ਮੀਆਂ ਜੀ ਦੀ ਸ਼ਕਲ ਦੇਖਾਂ ਬੜੀ ਵੱਡੀ ਮੀਟਿੰਗ ਸੀ ਤੁਹਾਡੇ ਇਥੋਂ ਦੀ ਕਿਉਂਕਿ ਮੈਂਬਰ ਸੀਗੇ ਇੰਗਲੈਂਡ ਤੋਂ ਮਨਮੋਹਨ ਸਿੰਘ ਵਜਾ ਸੀ ਕਿ ਸ਼ਾਇਦ ਹੁਣ ਉਹ ਨਹੀਂ ਰਹੇ ਉਹ ਵੀ ਉਸ ਮੀਟਿੰਗ ਦੇ ਵਿੱਚ ਮੌਜੂਦ ਸੀਗੇ ਤੇ ਮੈਂ ਉਹਦੀ ਗੱਲ ਸੁਣੀ ਜਾਵਾ ਮੈਂ ਕਿਹਾ ਦੇਖੋ ਇਹ ਮੀਆਂ ਜੀ ਕਿੱਡੇ ਸਿਆਣੇ ਨੇ ਮੈਂ ਕਿਹਾ ਮੀਆਂ ਜੀ ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ ਅਕਾਲ ਤਖਤ ਸਾਹਿਬ ਦਰਬਾਰ ਸਾਹਿਬ ਦੇ ਵਿੱਚ ਮਨਜੀਤ ਸਿੰਘ ਨੇ ਬਣਾਇਆ ਜਾਂ ਕਿਸੇ ਸਿੱਖ ਨੇ ਬਣਾਇਆ ਇਹ ਛੇਵੇਂ ਗੁਰੂ ਨਾਨਕ ਨੇ ਬਣਾਇਆ ਔਰ ਜਦੋਂ ਛੇਵੇਂ ਗੁਰੂ ਨਾਨਕ ਗੁਰੂ ਹਰਗੋਬਿੰਦ ਪਾਸ਼ਾ ਨੇ ਅਕਾਲ ਤਖਤ ਸਾਹਿਬ ਬਣਾਇਆ ਸੀ ਉਹ ਤਾਂ ਨਨਕਾਣਾ ਸਾਹਿਬ ਸੀਗਾ ਉਹ ਚੰਦੇ ਨਨਕਾਣਾ ਸਾਹਿਬ ਬਣਾ ਸਕਦੇ ਸੀਗੇ ਉਹਨਾਂ ਨੇ ਅੰਮ੍ਰਿਤਸਰ ਬਣਾਇਆ ਉਦੋਂ ਹਿੰਦੁਸਤਾਨ ਪਾਕਿਸਤਾਨ ਵੀ ਵੱਖਰਾ ਨਹੀਂ ਹੋਇਆ ਸੀਗਾ ਤੇ ਮੈਂ ਕਿਹਾ ਤੁਸੀਂ ਐਸੀਆਂ ਚੀਜ਼ਾਂ ਨੂੰ ਨਾ ਛੇੜੋ ਜਿਹਦੇ ਨਾਲ ਸਾਡੀਆਂ ਜਿਹੜੀਆਂ ਮਰਿਆਦਾ ਸਾਡੇ ਜਿਹੜੀ ਵਿਰਾਸਤ ਸਾਨੂੰ ਗੁਰੂਆਂ ਨੇ ਦਿੱਤੀ ਹੈ ਉਸ ਨੂੰ ਭਰਾ ਮਾਰੂ جنگ 'ਚ ਨਾ ਉਸ ਨੂੰ ਪਾਓ ਇਸੇ ਤਰੀਕੇ ਫਿਰ ਮੈਂ ਉਹਨਾਂ ਨੂੰ ਸਵਾਲ ਕਰ ਲਿਆ ਬੜੇ ਔਖੇ ਹੋਏ ਮੈਂ ਉਹਨਾਂ ਨੂੰ ਸਵਾਲ ਕੀਤਾ ਜੀ ਇਵੈਕਿਊ ਬੋਰਡ ਜਿਹੜਾ ਪਾਕਿਸਤਾਨ ਦਾ ਜਾਂ ਸਾਡੇ ਹਿੰਦੁਸਤਾਨ ਚ ਉਸ ਨੂੰ ਵਕਫ ਬੋਰਡ ਕਿਹਾ ਜਾਂਦਾ ਹੈ ਵਕਫ ਬੋਰਡ ਦੀ ਜਿਹੜੀ ਪ੍ਰਾਪਰਟੀ ਹੁੰਦੀ ਆ ਉਹਦਾ ਮਤਲਬ ਆ ਨਖਸਮੀ ਪ੍ਰਾਪਰਟੀ ਹੈ ਜਿਹਦਾ ਮਾਲਕ ਕੋਈ ਨਹੀਂ ਹੈਗਾ ਜਿਹੜੀ ਬਿਨਾਮੀ ਪ੍ਰਾਪਰਟੀ ਹੈ ਮੈਂ ਕਿਹਾ ਅੱਜ ਸਾਡੀ ਜਿੰਨੀ ਪ੍ਰਾਪਰਟੀ ਪਾਕਿਸਤਾਨ ਚ ਗੁਰਦੁਆਰਿਆਂ ਦੀ 20000 ਏਕੜ ਤੇ ਸਿਰਫ ਨਨਕਾਣਾ ਸਾਹਿਬ ਨਾਲ ਜ਼ਮੀਨ ਬੋਲਦੀ ਸੀਗੀ ਇਦਾਂ ਡੇਰਾ ਸਾਹਿਬ ਹੋ ਗਏ ਪੰਜਾ ਸਾਹਿਬ ਹੋ ਗਏ ਹੁਣ ਲਾਂਗੇ ਦੀ ਗੱਲ ਹੁੰਦੀ ਪਈ ਐ ਏਡੀਆਂ ਹਜ਼ਾਰਾਂ ਏਕੜ ਸਾਡੀਆਂ ਜ਼ਮੀਨਾਂ ਇਹ ਨਖਸਮੀ ਕਿਉਂ ਨੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਗੁਰੂ ਗ੍ਰੰਥ ਸਾਹਿਬ ਮਾਲਕ ਨੇ ਉਹਦੇ ਸੇ ਕੌਂਜਾ ਵਾਲੀ ਬੈਠੀ ਐ ਮੈਂ ਕਹਿੰਦਾ ਚਲੋ ਇਹ ਵੀ ਛੱਡ ਦਿਓ ਪਾਕਿਸਤਾਨ ਗੁਰਦੁਆਰਾ ਕਮੇਟੀ ਤੇ ਤੁਸੀਂ ਬਣਾਈ ਐ ਨਾ ਨਾ ਸ਼੍ਰੋਮਣੀ ਕਮੇਟੀ ਨਾਲ ਦਿੱਲੀ ਕਿ ਬੈਠਣੀ ਚਾਹੀਦੀ ਪਾਕਿਸਤਾਨ ਗੁਰਦੁਆਰਾ ਕਮੇਟੀ ਦੇ ਨਾਂ ਰੈਵਨਿਊ ਰਿਕਾਰਡ ਕਰ ਦਿਓ ਬੜੀ ਤਕਲੀਫ ਹੋਈ ਉਹਨਾਂ ਨੂੰ ਕਿਹ ਇਸ਼ੂ ਕੀ ਛੇੜ ਲਿਆ ਤੁਸੀਂ ਸਿਚੁਏਸ਼ਨ ਇਹ ਐ ਕਿ ਸਾਡੇ ਵਿੱਚ ਤੁਸੀਂ ਭਰਾ ਮਾਰੂ ਜੰਗ ਕਰਨ ਵਾਸਤੇ ਤੁਸੀਂ ਕਈ ਚੀਜ਼ਾਂ ਛੋੜ ਦਿੰਦੇ ਹੋ ਮੈਂ ਸਮਝਦਾ ਵਾਂ ਸਿੱਖ ਕੌਮ ਨੂੰ ਤੁਹਾਡਾ ਸਵਾਲ ਬੜਾ ਵਧੀਆ ਹੈ ਦੇਖੋ ਮੇਰੇ ਤੇ ਹਮਲਾ ਹੋ ਗਿਆ ਗੱਲ ਛੱਡ ਦਿਓ ਬਰਦਾਸ਼ਤ ਕਰ ਲਿਆ ਮੈਂ ਆਪਾਂ ਇੱਕ ਗ੍ਰੰਥ ਨੂੰ ਮੰਨਦੇ ਆਂ ਆਪਾਂ ਇੱਕ ਰੱਬ ਨੂੰ ਮੰਨਦੇ ਆਂ ਆਪਾਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਮ ਪਿਤਾ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੁੰਦੇ ਆਂ 550 ਸਾਲ ਆ ਰਿਹਾ ਸਾਡੀਆਂ ਸਿਆਸੀ ਲੜਾਈਆਂ ਚੱਲਣ ਦਿਓ ਨਾ ਜਦੋਂ ਇਲੈਕਸ਼ਨ ਆਣ ਗਿਆ ਲੜ ਲੈਣਾ ਕੋਈ ਕਾਂਗਰਸ ਨਾਲ ਚਲੇ ਜਾ ਕੋ ਆਮ ਨਾਲ ਚਲੇ ਜਾ ਕੋ ਕਾਲੀ ਦਲ ਨਾਲ ਚਲੇ ਜਾ ਕੋ ਬੀਜੇਪੀ ਨਾਲ ਚਲੇ ਜਾ ਜਿੰਨਾ ਮਰਜੀ ਜਾਵੇ ਲੇਕਿਨ ਜਿੱਥੇ ਗੁਰੂ ਦੀ ਗੱਲ ਹੈ ਜਿੱਥੇ 550 ਸਾਲਾਂ ਦੀ ਗੱਲ ਹੈ ਅਸੀਂ ਇੱਕ ਸਿਰ ਜੋੜ ਕੇ ਇੰਨੀ ਚੀਜ਼ ਤਾਂ ਬਣਾ ਲਈਏ ਅਸੀਂ ਉਹਦੇ ਵਿੱਚ ਵੀ ਸਿਆਸਤ ਕਰਨ ਲੱਗ ਪਏ ਆ ਮੈਂ ਸਮਝਦਾ ਕਿ ਕੌਮ ਵਾਸਤੇ ਆਉਣ ਵਾਲਾ ਸਮਾਂ ਚੰਗਾ ਨਹੀਂ ਹੋਏਗਾ ਜੇ ਅਸੀਂ ਇਸੇ ਨੀਤੀਆਂ ਤੇ ਤੁਰਦੇ ਰਹੇ ਇਕ ਕੁਤਰ ਸਵਰਮੇ ਕਾ ਕਾਰਨਾਚਾਂਮੰਗਾ ਥੋੜੇ ਜਿਹਾ ਪੰਜ ਸੰਕੀਪ ਰਖੀਏ ਤਾਂ ਸਮੇਂ ਦੀ ਜਿਹੜੀ ਉਹ ਬਚਤ ਹੋ ਜਾਂਦੀ ਹੈ ਅ ਪਿੱਛੇ ਜੇ ਜਦੋਂ ਤੁਹਾਡਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਤੌਰ ਤੇ ਤੁਹਾਡੇ ਵਿਵਾਦ ਚੱਲਿਆ ਸੀਗਾ ਕ腐ਸ਼ਨ ਦਾ ਉਹਨਾਂ ਤੱਥਾਂ ਦੇ ਵਿੱਚ ਦੇਖ ਕੇ तकरीबन काफी ਅਚੰਬਾ ਹੋਇਆ ਖਾਸ ਤੌਰ ਤੇ ਵਿਦੇਸ਼ਾਂ ਵਿੱਚ ਬੈਠੇ ਸਿੱਖਾਂ ਨੂੰ ਤੇ ਉਹਦੇ ਬਾਰੇ ਕੁਝ ਕਹੋਗੇ ਤੇ ਕੀ ਦੇਖੋ ਸਿਆਸਤ ਦੇ ਵਿੱਚ ਇੱਕ ਧਾਰਮਿਕ ਸਿਆਸਤ ਆ ਇੱਕ ਪਾਵਰ ਪੋਲਿਟਿਕਸ ਹੈ ਜਿਸ ਦਿਨ ਮੇਰੇ ਤੇ ਇਲਜ਼ਾਮ ਲੱਗੇ ਮੈਂ ਉਸੇ ਦਿਨ ਫੈਸਲਾ ਕਰ ਲਿਆ ਕਿ ਮੈਂ ਗੱਦੀ ਛੋੜਾਂਗਾ ਔਰ ਮੈਂ ਗੱਦੀ ਛੋੜ ਕੇ ਲੰਬੇ ਹੋ ਗਿਆ ਉਹਦੇ ਵਿੱਚ ਸਾਜ਼ਿਸ਼ ਕਿੱਥੋਂ ਕਿੱਥੋਂ ਨਹੀਂ ਹੋਈ ਮੈਂ ਉਹਦੇ ਵਿੱਚ ਨਹੀਂ ਜਾਣਾ ਚਾਹੁੰਦਾ ਸਮਾਂ ਨਹੀਂ ਹੈ ਜਦੋਂ ਸਮਾਂ ਆਏਗਾ ਸਭ ਨੂੰ ਪਤਾ ਲੱਗ ਜਾਊਗਾ ਮੈਂ ਇੱਕੋ ਗੱਲ ਆਖੀ ਸੀ ਕਿ ਮੈਂ ਕਿਸੇ ਚੀਜ਼ ਦਾ ਜਵਾਬ ਨਹੀਂ ਦੇਣਾ ਮੈਂ ਆਪਣੀ ਸੀਟ ਛੋੜ ਰਿਹਾ ਹਾਂ ਨਵੇਂ ਉਧੇਦਾਰ ਸਭਾ ਨੂੰtheta ਆਜਨ ਅੱਜ ਮੈਨੂੰ ਤਕਰੀਬਨ 5 ਮਹੀਨੇ ਹੋ ਗਏ ਲਾਂਬੇ ਹੋਏ ਨੂੰ ਔਰ ਉਹ ਇਨਵੈਸਟੀਗੇਸ਼ਨ ਪੁਲਿਸ ਤੇ ਉਹਨਾਂ ਨੇ ਰਿਪੋਰਟ ਦਿੱਤੀ ਆ ਪੁਲਿਸ ਉਹਦੀ ਇਨਵੈਸਟੀਗੇਸ਼ਨ ਕਰ ਲੈ ਐਫ ਆਈ ਆਰ ਹੋਈ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ ਪੁਲਿਸ ਨੇ ਅੱਜ ਤੋਂ 20 ਦਿਨ ਪਹਿਲੇ 25 ਦਿਨ ਪਹਿਲੇ ਕਲੋਜ਼ਰ ਰਿਪੋਰਟ ਫਾਈਲ ਕਰਤੀ ਉਹਨਾਂ ਨੇ ਆਖਿਆ ਕਿ ਸਾਨੂੰ ਕੋਈ ਵੀ ਤੱਤ ਮਨਜੀਤ ਸਿੰਘ ਦੇ ਖਿਲਾਫ ਨਹੀਂ ਮਿਲਿਆ ਹੁਣ ਕੋਰਟ ਚ ਆਫ ਕਲੋਜ਼ਰ ਰਿਪੋਰਟ ਹੈ ਕੋਰਟ ਕੋਰਟ ਉਹਦਾ ਫੈਸਲਾ ਲਏਗੀ ਉਹਦਾ ਸੰਗਿਆਨ ਲਏਗੀ ਮੈਂ ਸਮਝਦਾ ਮਾਂ ਮਨੂੰ ਸਿਆਸੀ ਤੌਰ ਤੇ ਖਤਮ ਕਰਨ ਵਾਸਤੇ ਇੱਕ ਸਾਜ਼ਿਸ਼ ਹੋਈ ਹੈ। ਔਰ ਇਹ ਸਾਜ਼ਿਸ਼ ਦੇ ਬਾਰੇ ਮੈਂ ਹਲੇ ਕੁਝ ਨਹੀਂ ਕਹਿਣਾ ਚਾਹੁੰਦਾ। ਲੇਕਿਨ ਜਿਸ ਤਰੀਕੇ ਨਾਲ ਇਹ ਮਨੂੰ ਖਤਮ ਕਰਨ ਦੀ ਸਾਜ਼ਿਸ਼ ਹੋਈ ਸੀਗੀ ਮੈਂ ਸਮਝਦਾ ਉਹ ਕਾਮਯਾਬ ਨਹੀਂ ਹੋ ਸਕੇ। ਉਹ ਕਾਮਯਾਬ ਨਹੀਂ ਹੋ ਸਕਿਆ। ਦੂਜੀ ਗੱਲ ਮੇਰਾ ਆਪਣਾ ਫੈਸਲਾ ਮਨੂੰ ਅਜ ਤੱਕ ਦੱਸੋ ਲੋਕਾਂ ਤੇ ਮੇਰੇ ਤੇ ਤੇ ਐਫ ਆਰ ਵੀ ਬਾਤ ਚੋਈ ਡਿਜ਼ਾਈਨ ਤਾਂ ਮੈਂ ਪਹਿਲੇ ਦੇ ਗਿਆ। ਲੋਕਾਂ ਤੇ ਤੇ ਪ੍ਰੂਵ ਹੋ ਜਾਂਦਾ ਤੇ ਆਪਣੀ ਗੱਦੀ ਨਹੀਂ ਛੱਡਦੇ। ਮੈਂ ਤਾਂ ਗੱਦੀ ਛੱਡ ਕੇ ਪਾਸੇ ਆ ਗਿਆ ਹਾਂ ਅੱਜ ਮੈਂ ਇਹ ਵੀ ਗੱਲ ਸੋਚਦਾ ਪਿਆ ਮੈਂ ਤੁਸੀਂ ਇੱਕ ਮਨੂੰ ਮੇਰੇ ਹਮਲੇ ਦੀ ਗੱਲ ਕੀਤੀ ਇੱਕ ਇਲਜ਼ਾਮ ਦੀ ਗੱਲ ਕੀਤੀ ਇਹ ਦੋਵੇਂ ਗੱਲਾਂ ਨਾਲ ਆਖਰ ਤਾਂ ਮੈਂ ਇਨਸਾਨ ਆ ਕਿਤਨਾ ਕਿਤੇ ਮੇਰੇ ਮਨ 'ਚ ਦਰਦ ਹੋਏਗਾ ਕਿ ਇੱਕ ਕੌਮ ਦੀ ਸੇਵਾ ਮੇਰੇ ਪਿਤਾ ਨੇ 1948 ਤੋਂ ਬਾਅਦ ਦਿੱਲੀ ਦੇ ਵਿੱਚ ਅਗਰ ਕੋਈ ਸਿਆਸਤ ਹੋਈ ਹੈ ਜਾਂ ਦਿੱਲੀ 'ਚ ਜੇ ਸਿੱਖਾਂ ਦੀ ਕਿਸੇ ਨੇ ਲੀਡਰਸ਼ਿਪ ਨੂੰ ਅਗਵਾਈ ਦਿੱਤੀ ਹੈ ਉਹ ਮੇਰੇ ਪਿਤਾ ਉਹਦੇ ਬਾਅਦ ਮਨੂੰ ਮੌਕਾ ਮਿਲਿਆ ਵਿੱਚ ਹੋਰ ਵੀ ਸੱਜਣ ਆਏ ਲੇਕਿਨ ਇੰਨਾ ਕੁਝ ਕਰਨ ਤੋਂ ਬਾਅਦ ਮੇਰੇ ਪਿਤਾ ਨੂੰ ਗੋਲੀ ਮਿਲੀ ਸੀ ਕਿ 1981 ਚ 52 ਸਾਲ ਦੀ ਉਮਰ 'ਚ ਮੇਰੇ ਤੇ ਤਿੰਨ ਹਮਲੇ ਜਾਨਲੇਵਾ ਹੋ ਚੁੱਕੇ ਨੇ ਔਰ ਐਡੇ ਵੱਡੇ ਇਲਜ਼ਾਮ ਮੇਰੇ ਤੇ ਲੱਗ ਗਏ ਨੇ ਮੈਂ ਵੀ ਇਹ ਸੋਚਦਾ ਕਿ ਮਨੂੰ ਸਿੱਖਾਂ ਦੀ ਸਿਆਸਤ 'ਚ ਰਹਿਣਾ ਚਾਹੀਦਾ ਜਾਂ ਮਨੂੰ ਵੀ ਨੈਸ਼ਨਲ ਪੋਲਿਟਿਕਸ 'ਚ ਜਾਣਾ ਚਾਹੀਦਾ ਆਉਣ ਵਾਲਾ ਸਮਾਂ ਤੈਅ ਕਰੇਗਾ ਤਕਲੀਫ ਜ਼ਰੂਰ ਹੈ ਬਨੂ ਇਸ ਚੀਜ਼ ਦੀ ਹਾਂ ਬਿਲਕੁਲ ਜੇ ਜੇ ਸਭ ਨੇ ਨਾਲ ਤੁਸੀਂ ਕਹਿ ਰਹੇ ਹੋ ਬਿਲਕੁਲ ਇਹ ਗੱਲ ਤਕਲੀਫ ਦਾ ਇੱਕ ਵੀ ਇੱਕ ਸਵਾਲ ਤੇ ਸਵਾਲ ਜਿਹੜਾ ਉਹ ਹੁੰਦੇ ਆ ਕੋਈ ਹੋਰ ਮੁੱਦਾ ਜਿਹੜਾ ਤੁਸੀਂ ਕਹਿਣਾ ਚਾਹੁੰਦੇ ਹੋ ਕੋਈ ਇਦਾਂ ਦਾ ਸਵਾਲ ਜਿਹੜਾ ਮੈਂ ਤੁਹਾਨੂੰ ਨਾ ਪੁੱਛ ਸਕਿਆ ਹੋਵਾਂ ਤੁਸੀਂ ਉਸ ਵਿਸ਼ੇ ਤੇ ਗੱਲ ਕਰਨੀ ਚਾਹੁੰਦੇ ਹੋ ਗੱਲ ਇਹ ਹੈ ਜੇ ਕਿ ਮੈਂ ਕਰਤਾਰਪੁਰ ਲਾਂਘਾ ਦੇ ਉੱਤੇ ਗੱਲ ਕਰਨੀ ਚਾਹੁੰਦਾ ਬਾਅਦ ਦੇ ਸਿੱਖਾਂ ਦਾ ਹਿੰਦੁਸਤਾਨ 'ਚ ਵਸਦੇ ਸਿੱਖਾਂ ਨੇ ਆਪਾਂ ਦਾਸਾਂ ਕੀਤੀਆਂ ਨੇ ਅੱਜ ਮੈਂ ਇਸ ਗੱਲ ਦੀ ਤਾਰੀਫ਼ ਕਰਾਂਗਾ ਹਿੰਦੁਸਤਾਨ ਦੀ ਸਰਕਾਰ ਦੀ ਕਿ ਪੁਲਵਾਮਾ ਹੋਣ ਤੋਂ ਬਾਅਦ ਵੀ ਸਰਕਾਰ ਨੇ ਕੰਟੀਨਿਊ ਰੱਖਿਆ ਲੰਘੇ ਵਾਲੀ ਗੱਲ ਦੁਬਾਰਾ ਮੀਟਿੰਗ ਰੱਖੀ ਬਾਕੀ ਬਾਰਡਰ ਕੱਟ ਦਿੱਤੇ ਇੰਪੋਰਟ ਐਕਸਪੋਰਟ ਬੰਦ ਕਰ ਦਿੱਤੀ ਬਾਇਲੈਟਰਲ ਟਾਕਸ ਬੰਦ ਕਰ ਦਿੱਤੀ ਆਪਾਂ ਲੰਘੇ ਦੀ ਗੱਲ ਸਾਹਮਣੇ ਰੱਖੀ ਮੈਂ ਚਾਹਾਂਗਾ ਕਿ ਇਹ ਲੰਘੇ ਦੇ ਵਿੱਚ ਕੋਈ ਐਸੀ ਸਿਆਸੀ ਗੱਲ ਨਾ ਕਰ ਦੇਣਾ ਕਿ ਭਾਵੇਂ ਪਾਕਿਸਤਾਨ ਦੀ ਸਰਕਾਰ ਜਾਂ ਹਿੰਦੁਸਤਾਨ ਦੀ ਸਰਕਾਰ ਇਸ ਨੂੰ ਰੋਕ ਦੇਵੇ ਉੱਥੇ ਸਿਆਸਤ ਨਾ ਕਰੋ ਉੱਥੇ ਸਿਰਫ ਗੁਰੂ ਦਾ ਨਾਮ ਲਓ ਜਾ ਕੇ ਔਰ ਇਹ ਖੁੱਲਣ ਦੇ 70 ਸਾਲਾਂ ਤੋਂ ਅਸੀਂ ਅਰਦਾਸਾਂ ਕਰਦੇ ਪਏ ਆਂ ਇੱਕ ਰਸਤਾ ਖੁੱਲਣ ਲੱਗਾ ਇਹ ਗੁੱਡਵਿਲ ਦਾ ਨਿਸ਼ਾਨਾ ਹੋ ਸਕਦਾ ਦੋਵੇਂ ਮੁਲਕਾਂ ਦੇ ਵਿੱਚ ਅਮਨ ਚੈਨ ਇਸੇ ਤੋਂ ਗੁਰੂ ਨਾਨਕ ਪਾਤਸ਼ਾਹ ਦੀ ਅਸ਼ੀਰਵਾਦ ਨਾਲ ਹੀ ਆ ਜਾਵੇ ਲੇਕਿਨ ਅਸੀਂ ਸੈਲਫ ਗੋਲ ਨਾ ਮਾਰ ਲਈਏ ਅਸੀਂ ਆਪ ਹੀ ਉਸ ਇਸ਼ੂ ਦੇ ਵਿੱਚ ਕੋਈ ਕੰਟਰੋਵਰਸੀ ਕਰਕੇ ਉੱਥੇ ਮੈਨੂੰ ਪਤਾ ਲੱਗਾ ਜੀ ਕਿ ਜੇ ਉਹ ਟੈਰਰਿਸਟਾਂ ਦੀ ਕੋਈ ਗੱਲ ਕੀਤੀ ਜਾ ਰਹੀ ਹੈ ਉੱਥੇ ਕੋਈ ਖਾਲਿਸਤਾਨ ਦੀ ਗੱਲ ਕੀਤੀ ਜਾ ਰਹੀ ਹੈ ਯਾਰ ਜਿੱਥੇ ਮਰਜ਼ੀ ਕਰ ਲਓ ਨਾ ਲੇਕਿਨ ਇਥੇ ਨਾ ਕਰੋ ਇਥੇ ਨਾ ਕਰੋ ਲੋਕਾਂ ਨੂੰ ਇੱਕ ਵਾਰੀ ਦਰਸ਼ਨ ਕਰ ਲੈਂਦੇ ਹੋ ਉਸ ਸਥਾਨ ਦੇ ਕਿਹੜੇ ਸਥਾਨ ਤੇ ਜਿੱਥੇ ਗੁਰੂ ਨਾਨਕ ਪਾਸ਼ਾ ਨੇ ਸਿੱਖਾਂ ਨੂੰ ਫਲਸਫਾ ਦਿੱਤਾ ਨਾਮ ਜਪ ਵੰਡ ਚੱਕੋ ਕਿਰਤ ਕਰੋ ਦਾ ਗੁਰੂ ਨਾਨਕ ਪਾਸ਼ਾ ਨੇ 20 ਸਾਲ ਹਲ چلا ਕੇ ਲੋਕਾਂ ਨੂੰ ਇੱਕ ਫਲਸਫਾ ਦਿੱਤਾ ਔਰ ਮੈਂ ਸਮਝਦਾ ਵਾਂ ਕਿ ਇਹ ਭਾਗ ਨੇ ਸਾਡੀ ਸਿੱਖ ਕੌਮ ਦੇ ਕਿਉ ਲਾਂਗਾ ਖੁੱਲਦਾ ਪਿਆ ਔਰ ਉਹ ਸਰਕਾਰਾਂ ਖੋਲ ਦੀਆਂ ਪਈਆਂ ਜਿਹੜੀ ਅੱਜ ਤੋਂ ਅੱਜ ਇੱਕ ਦੂਜੇ ਨੂੰ ਨਹੀਂ ਦੇਖਦੀਆਂ ਪਈਆਂ ਮੈਂ ਸਮਝਦਾ ਵਾਂ ਕਿ ਇਸ ਦੇ ਵਿੱਚ ਹਾਂ ਦੂਜੀ ਗੱਲ 550 ਸਾਲਾਂ ਨੂੰ ਐਸੇ ਪੱਦਰ ਤੇ ਮਨਾ ਦਿਓ ਅੱਜ ਇੱਥੇ ਮਿਸਟੇਕਡ ਆਈਡੈਂਟੀਟੀ ਕਰਕੇ ਅਮਰੀਕਾ ਕੈਨੇਡਾ ਦੇ ਵਿੱਚ ਮਿਸਟੇਕਡ ਆਈਡੈਂਟੀਟੀ ਕਰਕੇ ਦੂਜੀ ਜਗ੍ਹਾ ਅੱਗੇ ਸਾਨੂੰ ਲੋਕੀ 12 ਵਜੇ ਤੋਂ ਛੇੜਦੇ ਸੀ ਕਿ ਅੱਜ ਲੋਕਾਂ ਨੂੰ ਸਮਝ ਆ ਗਈ ਕਿ ਜਦੋਂ ਸਿੱਖਾਂ ਦੇ 12 ਵਜਦੇ ਆ ਉਹ ਹਿੰਦੁਸਤਾਨ ਦੀਆਂ ਧੀਆਂ ਨੂੰ ਢਾਈ ਢਾਈ ਹਜ਼ਾਰ ਧੀਆਂ ਨੂੰ ਛੜਵਾ ਕੇ ਲਿਆਉਂਦੇ ਸੀ ਬਲਫ ਬੁਕਾਰਾ ਦੇ ਵਜ਼ਾਨਾ ਚ ਜਿਨ੍ਹਾਂ ਨੇ ਨਲਾਮ ਹੋਣਾ ਸੀ ਉਹ ਜਾ ਕੇ ਬਾਰਡਰਾਂ ਤੇ ਸੀਰੀਆ ਦੇ ਬਾਰਡਰ ਤੇ ਰੋਹੰਗੀਆਂ ਮੁਸਲਮਾਨ ਜਦੋਂ ਮਾਇਨਮਾਰ ਚੋਂ ਕੱਢੇ ਜਾਂਦੇ ਉੱਥੇ ਲੰਗਰ ਲਾਉਂਦੇ ਨੇ ਹਿੰਦੁਸਤਾਨ ਚ ਕਿਤੇ ਤਰਾਸਦੀ ਆ ਜਵੇ ਆਬਾਦੀ ਸਾਡੀ 2% ਹੈ 70 70% ਆਬਾਦੀ ਆੜੇ ਜਾ ਕੇ ਉੱਥੇ ਲੰਗਰ ਨਹੀਂ ਲਾਉਂਦੇ ਗੁਰੂ ਦੀਆਂ ਰਾਟੀਆਂ ਫੌਜਾਂ ਲਾਉਂਦੀਆਂ ਕਿਉਂਕਿ ਗੁਰਨਾਮ ਦੇ ਕਰਨੇ ਸਾਨੂੰ ਹੁਕਮ ਕੀਤਾ ਹੈ ਮੈਂ ਸਮਝਦਾ ਇਹ ਮੈਸੇਜ ਅਸੀਂ ਲੋਕਾਂ ਤੱਕ ਪਹੁੰਚਾਈਏ ਸਿਆਸੀ ਲੜਾਈ ਨੂੰ ਸੀਮਿਤ ਕਰਦੀਏ ਸਿਆਸਤ ਤੱਕ ਔਰ ਗੁਰੂ ਦਾ ਸਨੇਹਾ ਅਸੀਂ ਅੱਗੇ ਤੱਕ ਲੈ ਜਾਈਏ ਬਹੁਤ ਤਰੱਕੀ ਕਰਾਂਗੇ ਅਸੀਂ ਬਹੁਤ ਬਹੁਤ ਧੰਨਵਾਦ ਜੀ ਅਸੀਂ ਸਮੇਂ ਦੀ ਨਿਯਾਕਤਾ ਨੂੰ ਦੇਖਦੇ ਹੋਏ ਜਿਹੜਾ ਉਹ ਜਿਆਦਾ ਅਸੀਂ ਵਿਸਥਾਰ ਵਿੱਚ ਨਹੀਂ ਤੇ ਗੱਲਾਂ ਤਾਂ ਬਹੁਤ ਸਿੱਖ ਸਿਆਸਤ ਦੇ ਉੱਤੇ ਵੀ ਤੇ ਪੰਜਾਬ ਦੀ ਸਿਆਸਤ ਦੇ ਉੱਤੇ ਵੀ ਕਰ ਸਕਦੇ ਹਾਂ ਲੇਕਿਨ ਸਮਾਂ ਜਿਹੜਾ ਸਾਨੂੰ ਹੋ ਰਿਹਾ ਇਜਾਜ਼ਤ ਨਹੀਂ ਦਿੰਦਾ ਤੇ ਮਜੀਦ ਸਿੰਘ ਜੀ ਸਭ ਬਹੁਤ ਬਹੁਤ ਧੰਨਵਾਦ ਇੱਕ ਵਾਰ ਫੇਰ ਸਾਨੂੰ ਸਮਾਂ ਦੇਣ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ